This is the pump which has been installed by Carl Zeiss. And the kids, on a really hot day like this, can cool off. Before there was nothing here, they had to bring water. Thank you to everybody who supported Carl Zeiss in Haiti. And we're doing more wells, because look at the difference it makes. These kids, they need to wash 38 kids in this orphanage, New Vision Orphanage. And without this, there's a problem. Is it good? Yes. You happy? Yes, we're so happy. Thank you very much. They're saying thank you to everyone. Thanks. We are only good as the people who give us the money. So these little kids can have a bath, yeah? And on a hot day like this, can chill out, right? Right? Yeah? So the most important thing in life, water. Yeah. ਇਸ਼ੂ ਸਾਡਾ ਹੈਗਾ ਆ ਸਿੱਖ ਅਤੇ ਸਿੱਖਾਂ ਦੀ ਚੈਰਿਟੀਜ਼ ਦਾ, ਕਿ ਖਾਸ ਤੌਰ 'ਤੇ ਇੱਕ ਚੈਰਿਟੀ ਅਸੀਂ 'ਤੇ ਅਸੀਂ ਫੋਕਸ ਕਰ ਰਹੇ ਹਾਂ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਗੇ ਵੀ ਇਹ ਸ਼ੋਅ 'ਤੇ ਆਏ ਆ, ਅਤੇ ਬੜੇ ਮੈਨੂੰ ਖੁਸ਼ੀ ਹੁੰਦੀ ਆ, ਪਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਹੀਏ ਅਤੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਇੱਕ ਤੋਂ ਸਾਡੇ ਨੁਮਾਇੰਦੇ ਰਵੀ ਸਿੰਘ ਅਤੇ ਸਾਡੇ ਵੀਰ ਜੀ ਆਏ ਵਾ, ਅਤੇ ਸਾਡੇ ਨਾਲ ਗੱਲਬਾਤ ਕਰੂਗੇ ਖਾਲਸਾ ਇਸ ਬਾਰੇ। ਪਹਿਲਾਂ ਤਾਂ ਤੁਹਾਨੂੰ ਦੋਨ਋ਾਂ ਨੂੰ ਸਵਾਗਤ ਹੈ। ਬਹੁਤ ਧੰਨਵਾਦ। ਧੰਨਵਾਦ ਕਰਾਂ ਜੀ। ਇਹਦੇ ਵਿੱਚ ਕੋਈ ਧੰਨਵਾਦ ਵਾਲੀ ਗੱਲ ਨਹੀਂ, ਤੁਹਾਡਾ ਆਪਣਾ ਚੈਨਲ ਹੈ, ਤੁਸੀਂ ਆਓ ਜਦੋਂ ਮਰਜ਼ੀ ਆਓ। ਇਹਦੇ ਵਿੱਚ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ, ਜੋ ਸਾਡੇ ਘਰ ਬੈਠੇ ਆ ਖਾਸ ਤੌਰ 'ਤੇ ਬੱਚੇ ਅਤੇ ਬਜ਼ੁਰਗ, ਕਿ ਖਾਲਸਾ ਏਡ ਕੀ ਚੀਜ਼ ਆ, ਇਹ ਹੈ ਕੀ ਚੀਜ਼, ਕਦੋਂ ਸ਼ੁਰੂ ਕੀਤੀ ਸੀ, ਕੀ ਪ੍ਰੋਜੈਕਟ ਤੁਸੀਂ ਕਰਦੇ? ਖਾਲਸਾ ਏਡ ਅਸੀਂ 1999 'ਚ ਸ਼ੁਰੂ ਕੀਤੀ ਸੀਗੀ, ਜਦੋਂ ਖਾਲਸੇ ਦੇ 300 ਸਾਲ ਦਾ ਜਨਮ ਦਿਨ ਸੀਗਾ ਦਿਹਾੜਾ। ਅਤੇ ਸੋਚਿਆ ਸੀ ਉਸ ਵੇਲੇ ਕਿ ਕਿਉਂ ਨਹੀਂ ਭਾਈ ਦੁਨੀਆ ਨੂੰ ਉਹ ਚੀਜ਼ ਦਿਖਾ ਲਈਏ ਜੇ ਸਿੱਖੀ ਦਾ ਮਤਲਬ ਕੀ ਆ ਇਨਸਾਨੀਅਤ ਤੌਰ 'ਤੇ, ਕਿਉਂਕਿ ਜੋ ਲੰਗਰ ਦਾ ਕਲਮ ਚੱਕਿਆ ਸੀਗਾ ਸਾਡੇ ਭਾਈ ਗੁਰੂਆਂ ਨੇ, ਉਹ ਅਸੀਂ ਉਹਨੂੰ ਅਸੀਂ ਜਿੱਦਾਂ ਭਾਈ ਲੰਗਰ ਖਾਈ ਜਾਂਦੀ ਸੀ ਲੋੜ ਨੀਗੀ, ਜਿੱਥੇ ਭਾਈ ਵੈਸਟਰਨ ਕੰਟਰੀਜ਼ ਕਹਿ ਲਓ ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਉੱਥੇ ਬਹੁਤ ਵੱਡੇ ਵੱਡੇ ਲੰਗਰ ਚੱਲਦੇ, ਪਰ ਜਿੱਥੇ ਭੁੱਖਿਆ ਉੱਥੇ ਰੋਟੀ ਵੀ ਮਿਲਦੀ, ਉਹਨੂੰ ਪੀਸ ਬ੍ਰੈਡ ਵੀ ਮਿਲ, ਬ੍ਰੈਡ ਦਾ ਪੀਸ ਵੀ ਮਿਲਦਾ। ਸੋ ਉਸ ਵੇਲੇ ਲੜਾਈ ਲੱਗੀ ਸੀਗੀ ਯੂਰਪ ਦੇ ਵਿੱਚ, ਯੂਗੋਸਲਾਵੀਆ ਅਤੇ ਕੋਸਵੋ। ਹਾਂਜੀ ਹਾਂਜੀ। ਸੋ ਅਸੀਂ ਸੋਚਿਆ ਕਿਉਂ ਨਹੀਂ ਉੱਥੇ ਲੰਗਰ ਲੈ ਕੇ ਚਲੀਏ, ਵੀ ਰਿਫਿਊਜੀਆਂ ਲਈ ਬਹੁਤ ਤੰਗੀਆਂ ਸੀ ਉਸ ਵੇਲੇ ਖਾਣ ਪੀਣ ਦੀਆਂ। ਤੁਸੀਂ ਸਿੱਖ ਹੋ ਕੇ ਕੋਸਵੋ ਕਿਉਂ ਗਏ ਉੱਥੇ ਲੰਗਰ ਲਾਉਣ? ਹਾਂਜੀ, ਉਹੀ ਗੱਲ ਉੱਥੇ ਆ ਜਾਂਦੀ ਭਾਈ, ਜਿੱਦਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਵੇਂ ਸਰਬੱਤਾਂ ਭਲਾ। ਜੇ ਅਸੀਂ ਟੀ ਵੀ ਦੇਖਦੇ ਹਾਂ ਅਤੇ ਅਸੀਂ ਸਾਡੇ ਕੋਲ ਥਾਲੀ ਭਰੀ ਪਈ ਆ ਸਬਜ਼ੀਆਂ ਦੀ, ਦਹੀਆਂ ਦੀ, ਰੋਟੀਆਂ ਦੀ, ਅਤੇ ਅਸੀਂ ਬੁਰਕੀ ਮੂੰਹ 'ਚ ਪਹੁੰਚ ਤਾਂ ਟੀ ਵੀ 'ਤੇ ਦੇਖਦੇ, ਉਹ ਉੱਥੇ 1700 ਕਿਲੋਮੀਟਰ ਜਾਂ ਮੀਲ ਕਹਿ ਲਓ, ਉਹਨੂੰ ਰੋਟੀ ਨਹੀਂ ਮਿਲਦੀ, ਲਾਈਨਾਂ ਲੱਗੀਆਂ ਆ, ਬਜ਼ੁਰਗ ਆ, ਬੀਬੀਆਂ, ਬੱਚੇ ਭੁੱਖੇ ਮਰਦਾ ਹੈ।
ਬਹੁਤ ਹੀ ਉੱਥੇ ਕਰਪਸ਼ਨ ਬਹੁਤ ਸੀਗੀ ਕਿਉਂਕਿ ਉੱਥੇ ਕਿਉਂਕਿ ਬੋਰਡਰ ਏਰੀਆ ਸੀਗਾ। ਹੁਣ ਤੁਸੀਂ ਕੌਸਲ ਦੀ ਗੱਲ ਛੱਡੋ, ਅਫਰੀਕਾ ਦੇਖ ਲਓ ਤੁਸੀਂ, ਕਈ ਇੰਡੀਆ ਦੇ ਪਹਾੜ, ਕਈ ਪੰਜਾਬ ਦੇ ਪਿੰਡ ਵੀ ਕਈ ਦੇਖ ਲਓ, ਗਰੀਬੀ ਗਰੀਬੀ ਬਹੁਤ ਆ ਬਸ ਸਾਰੇ ਪਾਸੇ। ਸਾਡਾ ਜਿਹੜਾ ਕੌਨਸੈਪਟ ਹੈਗਾ ਵੰਡ ਕੇ ਛਕਣਾ, ਅਸੀਂ ਨਾ ਕਈ ਇੱਦਾਂ ਦੀਆਂ ਬੇਸਿਕ ਚੀਜ਼ਾਂ ਭੁੱਲੀ ਜਾਂਦੇ, ਵੰਡ ਕੇ ਛਕਣਾ, ਸਰਬੱਤਾ ਭਲਾ, ਕੌਣ ਆ ਅਸੀਂ ਇਨਸਾਨੀਅਤ ਤੌਰ 'ਤੇ। ਸਾਡੇ ਗੁਰੂ ਗੋਬਿੰਦ ਸਿੰਘ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਣ ਉਹ ਹੈ। ਆਪਣੇ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਉਹ ਛੋਟੀਆਂ ਸੈਲਫ ਸੈਂਟਰਡ ਜਿਹੜੇ ਹੈਗਾ ਆਪਣੇ ਜਿਹੜੇ ਘੇਰੇ ਰਹਿੰਦੇ ਆ ਆਪਣੇ। ਹਾਂਜੀ, ਆਪਾਂ ਖਾਲਸਾ ਜਿਹੜੇ ਇਜ਼ ਦ ਫਸਟ ਸਿੱਖ ਚੈਰਿਟੀ ਕਰੋਸ ਬੋਰਡਰ ਸਾਰੇ ਬੰਦਿਆਂ ਦੀ ਇੱਕੋ ਤਰ੍ਹਾਂ ਪਹਿਚਾਣ ਰੱਖਦੀ ਹੈਗੀ ਆ। ਸਾਨੂੰ ਇਹ ਨਹੀਂ ਪਤਾ ਕਿ ਫੈਮਿਨ ਅਫਰੀਕਾ 'ਚ ਬੱਚੇ ਮਰ ਰਹੇ ਹੈਗੇ ਆ, ਹੈਟੀ 'ਚ ਮਰ ਰਹੇ ਹੈਗੇ ਆ, ਪੰਜਾਬ 'ਚ ਮਰ ਰਹੇ ਹੈਗੇ, ਤੁਰਕੀ, ਪਾਕਿਸਤਾਨ, ਉੜੀਸਾ, ਗੁਜਰਾਤ, ਸਾਰੇ ਪਾਸੇ ਜਿੱਥੇ ਵੀ ਜਿਹੜਾ ਜਿੱਥੇ ਜ਼ਰੂਰ ਤੁਹਾਨੂੰ ਜਿੰਨੀ ਸਾਡੀ ਹਿੰਮਤ ਹੈਗੀ ਆ ਅਸੀਂ ਜਾ ਕੇ ਕਰਦੇ ਉੱਥੇ। ਅਤੇ ਇਹਦੇ ਵਿੱਚ ਅਸੀਂ ਕਹਿੰਦਾ ਉਹੀ ਭਾਈ ਕਨੱਈਆ ਦਾ ਗੁਰੂ ਗੋਬਿੰਦ ਸਿੰਘ ਦਾ ਮਾਨਸ ਕੀ ਯਾਦ ਵਾਲਾ ਕਹਿੰਦਾ ਹੈਗਾ, ਉਹ ਕੋਨਸੈਪਟ ਲੈ ਕੇ ਸਭ ਚੜ੍ਹਦੀ ਕਲਾ ਅਤੇ ਤੁਰ ਪਈਦਾ ਵਾਧਾ ਭਲਾ ਕਰਨ ਵਾਸਤੇ। ਅੱਜ ਤੱਕ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟਸ ਕੀਤੇ, ਤੁਸੀਂ ਕਹਿੰਦੇ ਕਿੱਥੇ 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 ਜਾ ਕੇ ਮਦਦ ਕੀਤੀ? ਉਸ ਵੇਲੇ ਪਹਿਲਾਂ 99 'ਚ ਕੋਸੋਵੋ। ਹਾਂਜੀ, ਅਤੇ ਤੁਸੀਂ ਆਪਣੇ ਅਸੀਂ ਆਪ ਬੋਰਡਰ 'ਚ ਗਏ ਸੀ ਕੋਸੋਵੋ ਦੇ। ਕੀ ਦੇਖਿਆ ਉੱਥੇ ਤੁਸੀਂ? ਉੱਥੇ ਅਲਬੇਨੀਆ ਨੂੰ ਜਦੋਂ ਜਾਈਦਾ ਨਾ, ਪਹਾੜੀ ਬਹੁਤ ਇਲਾਕਾ, ਬਹੁਤ ਖਤਰਨਾਕ ਸੀ, ਜਦੋਂ ਟਰੱਕ ਲੈ ਗਏ ਸੀਗੇ ਬਹੁਤ ਹੀ ਵੱਡੇ ਵੱਡੇ, ਜਿੱਦਾਂ ਭਾਈ ਡੂੰਘੇ ਡੂੰਘੇ ਰਵੀਨਸ, ਮੈਂ ਉਹਨਾਂ 'ਤੇ ਪਹਾੜ ਥੱਲੇ ਜਿੱਦਾਂ ਭਾਈ ਬਹੁਤ ਡੇਂਜਰਸ ਥਾਂ ਸੀ ਜਾਣ ਦਾ, ਅਤੇ ਠੰਡ ਵੀ ਸੀ ਪਹਾੜਾਂ 'ਚ। ਅਸੀਂ ਜਦੋਂ ਉੱਥੇ ਪਾਰ ਕੀਤੇ ਆਪਣੇ ਟਰੱਕ, ਅਤੇ ਅਸੀਂ ਆਪਣੇ ਅੱਖੀਂ ਦੇਖੀਆਂ ਕਿੰਨੇ ਰਿਫਿਊਜੀ ਟਰੈਕਟਰ ਲੈ ਕੇ, ਟਰੈਕਟਰ ਟਰੋਲੀਆਂ ਤੁਰਦੇ, ਜੋ ਚੱਕੀਆਂ ਪੰਡਾਂ ਚੱਕੀਆਂ ਕੱਪੜੇ ਦੀਆਂ, ਜਿਹਨਾਂ ਨਾਲ 47 ਜਿਹਦਾ ਪਟੀਸ਼ਨ ਹੋਇਆ, ਹਾਂ ਉਹਦਾ ਦੇਖ ਕੇ, ਬਜ਼ੁਰਗ ਦੇਖ ਕੇ, ਬੱਚੇ ਦੇਖ ਕੇ ਬੜਾ ਤਰਸ ਆਇਆ, ਬਹੁਤ ਦੁੱਖ ਲੱਗਦਾ ਵੀ ਉਹ ਵੀ ਆਪਣੇ ਘਰ ਛੱਡ ਕੇ ਸਭ ਨੀ ਸੇਫਟੀ ਲਈ ਨਹੀਂ ਦੂਰ ਆਏ ਆ, ਅਤੇ ਉਹ ਵੀ ਬਸ ਮੂਹਰੇ ਦਾ ਹੱਥ ਕਰਦੇ ਸੀਗੇ ਵੀ ਰੋਟੀ ਪਾਉਣ ਲਈ। ਇੱਕ ਚੀਜ਼ ਤੁਸੀਂ ਮੈਨੂੰ ਦੱਸੋ, ਜਿੱਥੇ ਤੁਸੀਂ ਉੱਥੇ ਗਏ ਸੀ ਕੋਸੋਵੋ ਦੇ, ਸਰਬੀਆ ਦੇ, ਜਿੱਥੇ ਵੀ ਬਾਰਡਰ 'ਤੇ ਤੁਸੀਂ ਗਏ, ਉੱਥੇ ਮੇਰੇ ਖਿਆਲ ਕਦੇ ਸਿੰਘ ਤਾਂ ਦੇਖਿਆ ਨਹੀਂ ਹੋਣਾ, ਨਹੀਂ ਕਦੇ ਦੇਖਿਆ, ਕੋਈ ਨਹੀਂ ਦੇਖਿਆ। ਰਿਐਕਟ ਕੀਤਾ ਸੀ ਤੁਹਾਡੇ? ਪਹਿਲਾਂ ਸਾਨੂੰ ਸੋਚਿਆ ਜਦੋਂ ਅਸੀਂ ਅਲਬੇਨੀਆ ਟਰੱਕ ਚਲਾਉਂਦੇ ਸੀਗੇ ਬੋਰਡਰ ਜਾਂ, ਅਤੇ ਅਸੀਂ ਬੋਟ ਲੈ ਗਏ ਸੀਗੇ ਇਟਲੀ ਤੋਂ, ਉਹ ਸਾਨੂੰ ਕਹੀ ਜਾਣ ਮੁਜਾਦੀਨ, ਸਰਬੀਆ ਮੁਜਾਦੀਨ, ਭਾਈ ਤੁਸੀਂ ਮੁਜਾਦੀਨ ਆ ਗਏ ਆ, ਵੀ ਤੁਸੀਂ ਇਜਿਪਸ਼ਨ ਆ, ਅਰਬ ਆ, ਸਾਊਦੀ ਅਰੇਬੀਅਨ ਆ। ਸੋ ਉਹ ਹੈਗਾ ਏਰੀਆ ਬਹੁਤ ਡੇਂਜਰਸ ਅਲਬੇਨੀਆ, ਤੁਹਾਨੂੰ ਪਤਾ ਹੋਣਾ, ਬਹੁਤ ਗੈਂਗਸਟਰ ਆ, ਬਹੁਤ ਮੈਫੀਆ ਆ। ਅਸੀਂ ਚੁੱਪ ਕਰਕੇ ਰਹੇ, ਐਗਜੈਕਟਲੀ ਰਹੀ ਹੋ ਅਸੀਂ। ਸੋ ਤੁਸੀਂ ਇਮੈਜਿਨ ਕਰੋ ਤੁਸੀਂ ਨਾ ਭਾਈ, ਜੇ ਟਰੱਕ ਲੈ ਕੇ ਨਵੇਂ ਟਰੱਕ, ਸੋ ਸਾਨੂੰ ਜਿਹੜਾ ਕਿਸਮਤ ਚੰਗੀ ਸੀ, ਜਿਹੜੇ ਸਿੰਘ ਸਾਡੇ ਨਾਲ ਗਏ ਸੀਗੇ ਉਹ ਵੀ ਆਪਣਾ ਜਦੋਂ ਸਮਝਦੇ ਹਾਂ ਭਾਈ, ਹੁਣ ਜੇ ਤੁਸੀਂ ਅਸਲੀ ਸਿੱਖ ਆ, ਤੁਸੀਂ ਜੀਂਦੇ ਪਹਿਲਾਂ ਤੁਹਾਡੇ ਜੀਵਨ ਤੁਹਾਡਾ ਗਿਆ ਆ, ਤੁਸੀਂ ਸੰਸਾਰ ਲਈ ਤੁਸੀਂ ਜੀਂਦੇ ਆ, ਪਹਿਲਾਂ ਜੇ ਤੁਸੀਂ ਮਰੇ ਪਏ ਆ ਤੁਹਾਨੂੰ ਡਰ ਕੀ ਆ? ਸੋ ਉਹ ਫਿਰ ਮੂਹਰੇ ਕਦਮ ਚੱਕਿਆ ਉਹਨਾਂ ਨੇ, ਅਤੇ ਚੜ੍ਹਦੀ ਕਲਾ ਪ੍ਰੋਗਰਾਮ ਰਿਹਾ, ਅਤੇ ਉਹ ਦੇਖ ਕੇ ਬੜੇ ਖੁਸ਼ ਹੋਏ। ਉੱਥੇ ਅਸੀਂ ਖਾਣਾ ਲੈ ਗਏ ਸੀ ਇੱਥੋਂ ਟਰੱਕ ਭਰ ਕੇ, ਖਾਣਾ, ਕੱਪੜੇ, ਵੀਲ ਚੇਅਰਸ, ਜੋ ਕਿ ਲੋੜ ਸੀ, ਜੋ ਪਹਿਲਾ ਆਪਰੇਸ਼ਨ ਸੀਗਾ ਸਾਡਾ, ਜੋ ਸਾਨੂੰ ਅਸੀਂ ਹੁਣ ਲੈ ਕੇ ਨਹੀਂ ਜਾਂਦੇ ਕੁਛ, ਹੁਣ ਅਸੀਂ ਲੋਕਲ ਖਰੀਦੀ ਦਾ, ਉਹ ਸਾਡਾ ਪਹਿਲਾ ਆਈਡੀਆ ਸੀਗਾ। ਇੱਥੋਂ ਟਰੱਕ ਲੈ ਗਏ ਸੀਗੇ ਵੈਨ ਨਾਲ, ਟਰੱਕ ਭਰ ਕੇ, ਬੜਾ ਕਹੋ ਭਾਈ ਜਿੱਦਾਂ ਭਾਈ ਡਿਫੀਕਲਟ ਜਰਨੀ ਸੀਗੀ ਟਰੱਕਾਂ ਦੇ ਵਿੱਚ, ਭਾਈ ਸਾਡੇ ਟਰੱਕ ਇਟਲੀ ਤੱਕ ਇੰਸ਼ੋਰ ਸੀਗੇ, ਉੱਥੇ ਇਟਲੀ ਦੇ ਬੋਰਡ ਦੇ ਪਾਣੀ ਦੇ ਸਮੁੰਦਰਾਂ ਅਰਦਾਸ ਕਰ ਲਈ ਸਿੰਘਾਂ ਨੇ,
ਫਿਰ ਟਰੱਕ ਟਰੁੱਕ ਬਚ ਜਾਣ ਸਾਡਾ ਕੋਈ ਨਹੀਂ ਸੋ ਮੇਅਰ ਕੀਤੀ ਰੱਬ ਨੇ ਅਸੀਂ ਬਚ ਕੇ ਆ ਗਏ ਸਾਰੇ ਟਰੱਕ ਲੋਕਾਂ ਨੇ ਅਪਰੀਸ਼ੀਏਟ ਕੀਤਾ ਕਿ ਤੁਸੀਂ ਆਏ ਉਹਨੇ ਅਪਰੀਸ਼ੀਏਟ ਕੀਤਾ ਪਰ ਜਿਹੜੇ ਲੋਕਲ ਅਲਬੇਨੀਆ ਜਿੱਦਾਂ ਤੁਹਾਨੂੰ ਪਤਾ ਸਾਰੀ ਦੁਨੀਆ ਹੇਰਾ ਫੇਰੀ ਚੱਲਦੇ ਆ ਉਹ ਕੋਸ਼ਿਸ਼ ਕਰਦੇ ਵੀ ਅਸੀਂ ਰਿਫਿਊਜੀ ਹਾਂ ਅਤੇ ਤੁਹਾਨੂੰ ਖਿਆਲ ਰੱਖਣਾ ਪੈਂਦਾ ਸੀਗਾ ਅੱਛਾ ਵੀ ਜੋ ਹਾਂ ਲੋਕ ਆ ਗਏ ਹੁਣ ਇੱਕ ਰਿਫਿਊਜੀ ਬਣ ਕੇ ਜੀ ਹਾਂ ਉਹ ਪਛਾਣ ਕਰਨੀ ਸਾਨੂੰ ਦੇਵੋ ਤੁਸੀਂ ਜਿੱਦਾਂ ਪਰ ਉਹ ਤਾਂ ਜਿੰਨਾ ਵੀ ਅਸੀਂ ਥੋੜ੍ਹਾ ਕੀਤਾ ਜਿੰਨਾ ਜ਼ਿਆਦਾ ਕੀਤਾ ਸਾਡਾ ਇਹੀ ਮਕਸਦ ਹੁੰਦਾ ਵੀ ਏਮ ਸਾਡਾ ਇਹ ਜੇ ਅਸੀਂ ਇੱਕ ਦੀ ਵੀ ਸੇਵਾ ਕਰ ਦਿੱਤੀ ਆ ਜ਼ਿੰਦਗੀ ਠੀਕ ਸੰਭਾਲ ਲਈ ਆ ਸੇਫਟੀ ਲਈ ਬਚਾ ਦਿੱਤੀ ਆ ਖਾਣਾ ਦਿੱਤਾ ਅਤੇ ਸਾਡੀ ਸੇਵਾ ਵੀ ਸਤਿਗੁਰ ਸਫਲ ਕਰੇ ਭਾਅ ਜੀ ਤੁਹਾਡੇ ਅਫਰੀਕਾ ਵਿੱਚ ਤੁਸੀਂ ਜੋ ਮਦਦ ਕੀਤੀ ਆ ਉਹਦੇ ਬਾਰੇ ਕੁਛ ਦੱਸੋ ਕੀ ਹਾਲਾਤ ਸੀ ਭਾਅ ਜੀ ਅਫਰੀਕਾ ਦੇ ਅੰਦਰ ਐਟ ਦ ਮੋਮੈਂਟ ਉਹ ਤੁਹਾਨੂੰ ਪਤਾ ਸੰਭਾਲੀ ਦਾ ਪ੍ਰੋਬਲਮ ਕਰਕੇ ਨਾ ਹਾਂਜੀ ਅਤੇ ਉਦੋਂ ਰਿਫਿਊਜੀਜ਼ ਬਹੁਤ ਆਏ ਸੀਗੇ ਰਾਈਟ ਇਟਸ ਦਾ ਬਿਗੈਸਟ ਰਿਫਿਊਜੀ ਕੈਂਪ ਇਨ ਦਾ ਵਰਲਡ ਕੀਨੀਆ ਸੋਮਾਲੀਆ ਬਾਰਡਰ ਨਹੀਂ ਹਾਂਜੀ ਸੋਮਾਲੀਆ ਦਾ ਸਿਵਲ ਵਾਰ ਚੱਲ ਰਹੀ ਕਿਉਂਕਿ ਐਜ ਕੁਆਇਟ ਅਦਰ ਪਲੇਸਿਸ ਉਹਨਾਂ ਦੇ ਆਪਣੇ ਜਿਹੜੇ ਇਸਲਾਮਿਸਟ ਰੈਵੋਲਿਊਸ਼ਨਰੀਜ਼ ਹੈਗੇ ਅਤੇ ਉਹਨਾਂ ਦਾ ਕਰਕੇ ਨਾ ਫੰਡਾਮੈਂਟਲੀ ਉਹ ਕਾਫੀ ਨਾ ਅਤੇ ਐਜ ਯੂਜਲ ਸਾਨੂੰ ਜਿਹੜਾ ਬੰਦਾ ਰਗੜਿਆ ਜਾਂਦਾ ਹੈਗਾ ਇਸ ਦੀ ਪੂਅਰ ਗਾਹ ਹਾਂਜੀ ਅਤੇ ਉੱਥੋਂ ਨਾ ਰਿਫਿਊਜੀਜ਼ ਬਹੁਤ ਆਏ ਸੀਗੇ ਅਤੇ ਕੀਨੀਆ ਬਾਰਡਰ ਦੇ ਅੰਦਰ ਆਏ ਸੀਗੇ ਐਂਡ ਦੈਟ ਵਾਸ ਬਿਗੈਸਟ ਰਿਫਿਊਜੀ ਕੈਂਪ ਓਵਰ ਹਾਫ ਅ ਮਿਲੀਅਨ ਪੀਪਲ ਦੇ ਆਰ ਹਾਫ ਅ ਮਿਲੀਅਨ ਪੀਪਲ ਹਾਂਜੀ 5 ਲੱਖ ਇਟਸ ਲਾਈਕ ਅ ਸੈਮੀ ਪਰਮਨੈਂਟ ਕੈਂਪ ਹਾਂਜੀ ਸੈਮੀ ਪਰਮਨੈਂਟ ਕੈਂਪ ਉੱਥੇ ਨਾ ਕਿਦਾ ਐਂਡ ਇਟਸ ਕਵਰਿੰਗ ਸਿਟੀ ਜਿੰਨਾ ਹੋ ਗਿਆ ਕੰਮ ਸਿਟੀ ਨਾ ਵੀ ਹਾਂਜੀ ਬਰਮਿੰਗਮ ਜਿੱਡਾ ਹੋ ਗਿਆ ਜਲਦੀ ਬਰਮਿੰਗਮ ਇਹਨਾਂ ਰੱਖ ਲਓ ਹਾਂਜੀ ਉਹਨੇ ਰਿਫਿਊਜੀ ਸੀ ਉੱਥੇ ਹਾਂਜੀ ਅਤੇ ਉੱਥੇ ਅਸੀਂ ਫਿਰ ਇਹ ਗੌਰਮੈਂਟ ਐਵੇਂ 1-2 ਲੱਖ ਨੂੰ ਰੋਈ ਉੱਥੇ ਯਾਨੀ 5 ਲੱਖ ਰਿਫਿਊਜੀ ਇਕੱਠੇ ਹਾਂਜੀ 5 ਲੱਖ ਰਿਫਿਊਜੀ ਸੀਗਾ ਅਤੇ ਨਾ ਤੁਸੀਂ ਵਕੀਲ ਹੈ ਤੁਹਾਨੂੰ ਜ਼ਿਆਦਾ ਪਤਾ ਕਿ ਜਿਸ ਵੇਲੇ ਰਿਫਿਊਜੀ ਸਟੇਟਸ ਡਿਕਲੇਅਰ ਹੋ ਜਾਂਦਾ ਨਾ ਯੂਨਾਈਟਿਡ ਨੇਸ਼ਨ ਜਿਹੜਾ ਨਾ HCR UNHCR ਹੈਗੇ ਆ ਦੇ ਟੇਕ ਓਵਰ ਦੈਟ ਪਾਰਟ ਆਫ ਦ ਲੈਂਡ ਹਾਂਜੀ ਅਤੇ ਜਿਸ ਵੇਲੇ ਉਹ ਸਾਰਾ ਦੈਟਸ ਵੈਰੀ ਹਾਈ ਲੈਵਲ 'ਤੇ ਉੱਥੇ ਤਾਂ ਫਿਰ ਜਹਾਜ਼ਾਂ ਦੇ ਜਹਾਜ਼ ਆਉਣੇ ਸ਼ੁਰੂ ਹੋ ਗਏ ਫੂਡ ਦੇ ਅਤੇ ਆਈ ਵਾਸ ਦੇਅਰ ਕਿੰਨਾ ਸਾਡੀ ਮੀਟਿੰਗ ਰੈੱਡ ਕ੍ਰੋਸ ਨਾਲ ਵੀ ਹੁੰਦੀ ਸੀਗੀ UNHCR ਵਾਲੇ ਹੁੰਦੇ ਸਾਰੇ ਪਾਸੇ ਜਾ ਕੇ ਨਾ ਮਿਲ ਕੇ ਦੇਖੇ ਕਿੱਦਾਂ ਕਰੀਏ ਅਤੇ ਅਸੀਂ ਜਿਸ ਵੇਲੇ ਉੱਥੇ ਸਾਈਡ 'ਤੇ ਗਏ ਅਤੇ ਉੱਥੇ ਨਾ ਵਾਹਿਗੁਰੂ ਦੀ ਮਿਹਰ ਉੱਥੇ ਫੂਡ ਸਰਪਲਸ ਸੀਗਾ ਉੱਥੋਂ ਚੋਰੀ ਹੋ ਕੇ ਕਿੱਦਾਂ ਸੰਭਾਲੀਆਂ ਨੂੰ ਕ੍ਰੋਸ ਕਰਦਾ ਸੀਗਾ ਅੱਛਾ ਅਨਫੋਰਚੁਨੇਟਲੀ ਪ੍ਰੋਬਲਮ ਕਿ ਰਿਫਿਊਜੀਜ਼ ਆਉਂਦਾ ਕਹਿੰਦਾ ਕਿ ਜਿਹੜਾ ਤਾਂ ਰਿਫਿਊਜੀ ਰਜਿਸਟਰ ਹੋ ਜਾਂਦਾ ਹੈਗਾ ਉਹ ਜਿਹੜਾ ਰਿਫਿਊਜੀ ਰਜਿਸਟਰ ਹੋ ਜਾਂਦਾ ਉਹ ਜਾਂਦਾ ਹੈਗਾ ਆ ਪਾਸ ਮਿਲ ਜਾਂਦਾ ਖਾਣਾ ਮਿਲਦਾ ਹੈਗਾ ਉਹਨਾਂ ਕੋਲ ਜਿਹੜਾ ਹੋਸਟ ਕਮਿਊਨਿਟੀ ਨਾ ਜਿਹਦੇ ਕੋਲ ਕੁਛ ਨਹੀਂ ਹੈਗਾ ਕਹਿੰਦਾ ਕੋਈ ਸਫ਼ਰ ਤੋਂ ਉਹ ਵੀ ਕਰ ਫੈਮਿਨ ਤਾਂ ਉੱਥੇ ਉਹਨਾਂ ਦੇ ਖਾਣਾ ਅਤੇ ਉਹਨਾਂ ਨੂੰ ਕੁਛ ਨਹੀਂ ਮਿਲਦਾ ਹੈਗਾ ਸੋ ਅਸੀਂ ਫਿਰ ਡਿਸਾਈਡ ਕੀਤਾ ਸੀ ਫਿਰ ਇਨ ਕੰਜੰਕਸ਼ਨ ਵਿਦ ਰੈੱਡ ਕ੍ਰੋਸ ਦਾ ਪਤਾ ਕੀਤਾ ਕਹਿੰਦਾ ਅਤੇ ਕਿੱਥੇ ਜ਼ਿਆਦਾ ਪ੍ਰੋਬਲਮ ਪਿਆ ਹੋਇਆ ਐਂਡ ਦੈਨ ਵਿਦ ਦੀ ਲੋਕਲ ਡਿਸਟ੍ਰਿਕਟ ਕੌਂਸਲ ਵਗੈਰਾ ਵੀ ਆਈਡੈਂਟੀਫਾਈਡ ਅਬਾਊਟ 10 ਪਲੇਸਿਸ ਤਾਂ ਅਸੀਂ ਕਿਹਾ ਇੱਥੇ ਚਲੇ ਜਾਓ ਐਂਡ ਵਨ ਬਾਈ ਵਨ ਜਿਸ ਵੇਲੇ ਅਸੀਂ ਕਹਿੰਦਾ ਕੀਤਾ ਅਤੇ ਉਹ ਕਹਿੰਦੇ ਇੱਥੇ ਕਹਿੰਦਾ ਲਾਸਟ ਵੀਕ ਕਹਿੰਦਾ ਕੋਈ 90 ਟਨ ਦੇ ਗਿਆ ਅਤੇ ਕੋਈ ਦੇ ਗਿਆ ਸੋ ਵੀ ਆਈਡੈਂਟੀਫਾਈਡ 4 ਪਲੇਸਿਸ ਅਤੇ ਫਿਰ ਆਪਣੇ 6 ਆਫ ਕੀਨੀਆ ਨਾਲ ਇਕੱਠੇ ਹੋ ਗਏ ਕਹਿੰਦਾ ਅਤੇ ਅਸੀਂ 100 ਟਨ ਤੱਕ ਇਕੱਠਾ ਕੀਤਾ we bought 100 tons of food 4 trucks te ode naal gaya te do area siga utthe sare sirf bachcha waste pupils waste schools waste kinda right haan ji te utthe kam ji odan mainu pata laga ke roughly they were working on 7.9 kilograms per child per month apa inna na ik din ja ja do na kha leda hega kinda ohna da mahine da khana khana jise ohna allocate kita na sikna 8 kilo khana mahine te jeena ohna ਇੱਕ ਬੱਚੇ ਦਾ ਜੇ 500 ਬੰਦਾ ਨੂੰ 500-800 ਟਨ ਦਿੱਤਾ 400 ਕਿਲੋਗ੍ਰਾਮ ਦਿੱਤਾ ਉਹਨਾਂ ਨੂੰ
ਸੌ ਬੰਦਾ ਤੇ ਕਹਿੰਦਾ ਅੱਠ ਹਜ਼ਾਰ ਇੱਦਾਂ ਦੇ ਹਾਲਾਤ ਸੀਗੇ। ਅਸੀਂ ਟੀ ਵੀ 'ਤੇ ਅਕਸਰ ਦੇਖੀਦੇ ਆ, ਕਈ ਵਾਰੀ ਅਸੀਂ ਸੋਚਦੇ ਯਾਰ ਇਹ ਸੱਚਾਈ ਹੋਊਗਾ ਜਾਂ ਨਹੀਂ, ਸਾਡੇ ਪੈਸੇ ਬਣਾਉਣ ਦੀ ਸਕੀਮ ਆ ਜਾਂ ਕੀ ਆ, ਪਰ ਇੱਦਾਂ ਦੇ ਤੁਸੀਂ ਆਪਣੇ ਅੱਖਾਂ ਨਾਲ ਹਾਲਾਤ ਦੇਖੇ ਆ? ਹਾਂਜੀ, ਅਸੀਂ ਆਪ ਅਤੇ ਫਿਰ ਅੱਧਾ ਸਫੀਅਰ ਤਾਂ ਕਹਿੰਦਾ ਬੱਚਿਆਂ ਨੂੰ ਦਿੱਤਾ, ਅੱਧਾ ਜਿਹੜੀ ਜਨਰਲ ਕਮਿਊਨਿਟੀ ਸੀਗੀ ਕਹਿੰਦਾ, ਐਂਡ ਅਨਫੋਰਚੁਨੇਟ ਸਾਨੂੰ ਸਕਾਈ ਕਵਰਡ ਆ, ਬੀ ਬੀ ਸੀ ਡਿਡਨਟ, ਪਰ ਆਪਣੇ ਜਰਮਨ ਟੀ ਵੀ ਵਾਲੇ ਨੇ ਸਾਨੂੰ ਕਵਰ ਕੀਤਾ ਉੱਥੇ, ਅਤੇ ਉੱਥੇ ਨਾ ਅਸੀਂ ਵੀ ਗੋਟ ਦੀ ਵਾਈਸ ਪ੍ਰੈਜ਼ੀਡੈਂਟ ਟੂ ਲਾਂਚ ਦਿਸ, ਐਂਡ ਉਸ ਵੇਲੇ ਅਸੀਂ ਫਿਰ ਉਹਨਾਂ ਨੂੰ ਗੱਲ ਕੀਤੀ, ਅਸੀਂ ਕਿਹਾ ਦੇਖੋ ਕਿ ਅੱਜ ਜਿਹੜਾ ਖਾਣਾ ਦਿੱਤਾ ਕੱਲ੍ਹ ਨੂੰ ਖਤਮ ਹੋ ਜਾਣਾ ਹੈਗਾ, ਸਸਟੇਨੇਬਿਲਿਟੀ ਵਾਸਤੇ ਕੀ ਕਰ ਰਹੇ ਹਾਂ ਆਪਾਂ? ਅਤੇ ਐਜ ਯੂਜੂਅਲ ਕਹਿੰਦਾ ਪੋਲੀਟੀਸ਼ੀਅਨ ਆਨਸਰ ਹੁੰਦਾ, ਕਹਿੰਦਾ ਕੀ ਹੈਲਪ ਕਰਨਾ ਕਹਿੰਦਾ, ਸੋ ਵੀ ਡਿਸਾਈਡਿਡ ਦੈਟ ਵੀ ਵਿਲ ਲੁੱਕ ਐਟ ਦੀ ਪਲੇਸਿਸ ਜਿੱਥੇ ਪਾਣੀ ਨਹੀਂ ਹੈਗਾ, ਸੋ ਵੀ ਪਲੈਜ ਟੂ ਬੋਰ ਹੋਲਸ ਟੂ ਦੈਮ ਉੱਥੇ ਜਿੱਥੇ ਪਾਣੀ ਜ਼ਰੂਰਤ ਹੈਗੀ ਆ। ਜਿਹੜੀ ਇੱਕ ਜਗ੍ਹਾ ਅਸੀਂ ਆਈਡੈਂਟੀਫਾਈ ਕੀਤੀ ਆ, ਉੱਥੋਂ 24 ਕਿਲੋਮੀਟਰ ਤੋਂ ਦੂਰ ਪਾਣੀ ਲੈ ਕੇ ਆਉਂਦੇ ਹੈਗੇ ਆ, ਉਹ ਟੈਂਕਰ ਆਉਂਦਾ ਹੈਗਾ, ਦੈਟ ਲਾਸਟ ਦੈਮ ਲਾਈਕ ਵੀਕ ਟੂ, ਪਿੰਡ 'ਚ ਪਾਣੀ ਵੀ ਨਹੀਂ, ਪਾਣੀ ਵੀ ਨਹੀਂ ਹੈ ਭਾਜੀ, ਪਾਣੀ ਕਿੱਦਾਂ? ਅਤੇ ਅਸੀਂ ਉੱਥੇ ਹੁਣ ਉਹਨਾਂ ਵਾਸਤੇ ਵਿਲੇਜ ਵਾਸਤੇ ਅਸੀਂ ਨਾ ਪਾਣੀ ਦਾ ਬੋਰਲ ਲਵਾ ਰਹੇ, ਉੱਥੇ ਬਹੁਤ ਹਜ਼ਾਰ ਕੁ ਬੰਦਾ ਪਾਪੂਲੇਸ਼ਨ ਉਹਦੀ, ਹਜ਼ਾਰ ਕੁ ਹੈਗੀ ਆ, ਹਜ਼ਾਰ ਕੁ ਉਹਨਾਂ ਦੇ ਕੋਲ ਆਪਣੇ ਪਸ਼ੂ ਆ, ਅਤੇ ਬਾਕੀ 5,000 ਜਿਹੜੀ ਬੱਕਰੀਆਂ ਭੇਡਾਂ ਵਗੈਰਾ ਹੈਗੀਆਂ, ਅਤੇ ਉਹਨਾਂ ਵਾਸਤੇ ਅਸੀਂ ਹੁਣ ਉਹ ਕਰ ਰਹੇ ਹਾਂਗੇ, ਅਤੇ ਉਹਦਾ ਨਹੀਂ ਨਹੀਂ ਭਾਅ ਜੀ ਬਿਜਲੀ ਹੋਵੇ, ਅਤੇ ਉੱਥੇ ਜਿਹੜਾ ਐਸਟੀਮੇਟ ਹੈ ਨਾ ਹੁਣ ਕਹਿੰਦਾ 200 ਮੀਟਰ ਪਾਣੀ ਡੂੰਘਾ ਹੈ ਉੱਥੇ, ਇੰਨਾ ਡੀਪ ਹੈਗਾ, ਸੋ ਈਵਨ ਹਾਈ ਪੱਥਰ ਹੀ ਪੱਥਰ, ਹਾਂ ਪੱਥਰ, ਐਂਡ ਉੱਥੇ ਹੈਂਡ ਪੰਪ ਵੀ ਨਹੀਂ ਚੱਲਦਾ, ਕਿਉਂ ਹੈਂਡ ਪੰਪ ਦੀ ਲਿਮਿਟ ਹੈਗੀ, ਨਲਕਾ ਹੱਥ ਵਾਲਾ ਹੁੰਦਾ ਨਾ, ਉਹ 70 ਮੀਟਰ ਤੋਂ ਜ਼ਿਆਦਾ ਨਹੀਂ ਕੰਮ ਕਰਦਾ ਹੈਗਾ, ਸੋ ਉੱਥੇ ਕਹਿੰਦਾ ਫਿਰ ਬੋਰ ਹੋਲ, ਉਹਦੇ ਉੱਪਰ ਫਿਰ ਪੰਪ, ਫਿਰ ਡਿਪੈਂਡਿੰਗ ਕਰਦਾ ਉੱਥੇ ਕਹਿੰਦਾ ਹੁਣ ਐਟ ਦ ਮੋਮੈਂਟ ਉਹਨਾਂ ਨੇ ਡੀਜ਼ਲ ਦਾ ਕਹਿੰਦਾ ਹੈਗਾ ਕਰਨਾ, ਅਤੇ ਥੋੜ੍ਹੀ ਜਿਹੀ ਇਨਵੈਸਟੀਗੇਸ਼ਨ ਹੋ ਰਹੀ ਜਿਸ ਤਰ੍ਹਾਂ ਸੋਲਰ ਪਾਵਰ ਦੇ ਨਾਲ ਕਹਿੰਦਾ ਗੱਲ ਬਣਦੀ ਹੈ, ਪਰ ਸੋਲਰ ਪਾਵਰ ਦੀ ਇੰਸਟਾਲੇਸ਼ਨ ਬਹੁਤ ਮਹਿੰਗੀ ਆ, ਕਿਤੇ ਮੇਨਟੇਨੈਂਸ ਵੀ ਥੋੜ੍ਹੀ ਜ਼ਿਆਦਾ ਹੁੰਦੀ ਆ, ਉਸ ਜਗ੍ਹਾ ਦੇ ਨਾਲ ਸ਼ਾਇਦ ਹੋਵੇ, ਡੀਜ਼ਲ ਤਾਂ ਸਾਰੇ ਪਾਸੇ ਕਰਦੇ ਰਿਪੇਅਰ ਵਗੈਰਾ ਜਾਂ ਕੀ, ਅਤੇ ਉਹ ਅਸੀਂ ਕਰ ਰਹੇ, ਦੂਸਰੀ ਜਗ੍ਹਾ ਆਈਡੈਂਟੀਫਾਈ ਸਾਨੂੰ ਕਰਕੇ ਦੱਸਣਗੇ, ਅਸੀਂ ਉੱਥੇ ਵਰਕ ਕਰ ਰਹੇ ਹਾਂ ਕੰਮ ਉਹਨਾਂ ਨਾਲ, ਆਪਣੇ ਰਾਮਗੜੀਆ ਯੂਥ ਐਸੋਸੀਏਸ਼ਨ, ਆਪਣੇ ਹੋਰ ਬੰਦੇ ਵੀ ਇੱਥੋਂ ਗਏ ਹੈਗੇ, ਉਹਨਾਂ ਦੇ ਨਾਲ ਕਰ ਰਹੇ ਹੈਗੇ ਆ, ਅਤੇ ਦੀ ਥਰਡ ਫੇਜ਼ ਉੱਥੇ ਜਿਹੜੀ ਅਸੀਂ ਦੇਖ ਰਹੇ ਹੈਗੇ ਐਟ ਦ ਮੋਮੈਂਟ ਅਫਰੀਕਾ ਦੇ ਅੰਦਰ ਇਜ਼ ਮੈਡੀਕਲ ਹੈਲਪ, ਵੀ ਗੋਟ ਵਨ ਆਫ ਦੀ ਟੋਪ ਲੈਵਲ ਗੁਰਦੁਆਰਾ ਆਪਣਾ ਹੈ, ਗੁਰਦੁਆਰਾ ਵਾਲਾ ਦਾ ਹੋਸਪਿਟਲ ਹੈਗਾ, ਗੁਰੂ ਨਾਨਕ ਹੋਸਪਿਟਲ, ਉਹਦੇ ਜਿਹੜੀ ਲੇਟੈਸਟ ਮਸ਼ੀਨਰੀ ਦ ਵਨਸ ਯੂ ਵਿਲ ਫਾਈਂਡ ਐਟ ਲਾਈਕ ਰਾਇਲ ਬ੍ਰੈਂਪਟਨ ਜਾਂ ਇੱਦਾਂ ਨਾ ਹਾਰਟ, ਇੱਥੋਂ ਆਪਣੇ ਮੁੰਡੇ ਗਏ ਉਹਨਾਂ ਨੇ ਕਹਿੰਦਾ ਜਿਹੜੇ ਜਾ ਗਿਆ ਉਹਨਾਂ ਨੇ ਜਾ ਕੇ ਓਪਨ ਹਾਰਟ ਸਰਜਰੀ ਕੀਤੀ, ਵੇਅਰ ਇਨਕੀਨੀਆ ਇਟ ਵਾਜ਼ ਅਨਹਰਡ ਆਫ, ਅਤੇ ਹੋਰ ਅਤੇ ਅਸੀਂ ਉਹਨਾਂ ਨੇ ਕਹਿੰਦਾ ਕੀਤਾ ਹੈਗਾ, ਵੀ ਆਰ ਜਸਟ ਵੇਟਿੰਗ ਫੋਰ ਸਮ ਫਿਗਰਸ ਫਰੋਮ ਦੈਮ, ਵੇ ਵੀ ਵਾਂਟ ਦੈਮ ਟੂ ਗੋ ਇਨ ਟੂ ਦੀ ਰੂਰਲ ਏਰੀਆਸ ਜਿੱਥੇ ਕਹਿੰਦਾ ਡਾਕਟਰਾਂ ਦੀ ਨਹੀਂ ਹੈਗੀ, ਕਹਿੰਦਾ ਸੋ ਆਈਦਰ ਗੋ ਵਿਦ ਅ ਕਲੀਨਿਕ ਮੋਬਾਈਲ ਕਲੀਨਿਕ ਐਂਡ ਵੀ ਵਿਲ ਸਪੋਂਸਰ ਫੋਰ ਦ ਟੂ ਡਾਕਟਰਸ, ਔਰ ਸੈਟ ਅਪ ਸਮ ਸੈਟਲਾਈਟ ਕਲੀਨਿਕਸ ਇਨ ਦੀਜ਼ ਏਰੀਆਸ ਵੇਅਰ ਵੀ ਵਿਲ ਸਪੋਂਸਰ ਟੂ ਡਾਕਟਰਸ ਫੋਰ 2 ਇਅਰਸ। ਜਿਹੜਾ ਤੁਸੀਂ ਇਹ ਹਾਲਾਤ ਦੱਸਦੇ ਆ ਕਿ ਇੱਦਾਂ ਦੇ ਪਿੰਡ ਆ ਕਿ ਇੱਥੇ ਪਾਣੀ ਹੈ ਨਹੀਂ, ਬਿਜਲੀ ਹੈ ਨਹੀਂ, ਇਹਨਾਂ ਵਿੱਚ ਕੋਈ ਇਹਨਾਂ ਦੀ ਸਰਕਾਰਾਂ ਨਹੀਂ ਮਦਦ ਕਰਦੀਆਂ ਤਾਂ ਵਿਲੇਜਿਸ ਆ ਭਾਜੀ ਕੀ ਕਹਿ ਸਕਦੇ? ਤੁਹਾਨੂੰ ਪਤਾ ਹੀ ਆ ਕਿ ਜੋ ਵੀ ਤੁਸੀਂ ਆਪਾਂ ਕਿਤੇ ਆਪਣੇ ਆਪਣੇ ਪਿੰਡ ਆਪਣੇ ਪੰਜਾਬ ਦੇਖਦੇ ਜਾ ਕੇ ਹੁਣ 10 ਗੁਣਾ ਵਰਸ ਹੋਰ ਉੱਥੇ ਹੈਗੀ ਆ, ਕਹਿੰਦਾ ਪ੍ਰੋਬਲਮ ਕੀ ਹੈਗਾ ਆ ਕਹਿੰਦਾ ਕਿ ਜਿਸ ਵੇਲੇ ਆਹ ਪ੍ਰੋਬਲਮ ਸ਼ੁਰੂ ਹੋਏ ਸੀਗੇ, ਮੈਂ ਉੱਥੇ ਬੈਠਾ ਸੀਗਾ ਆਪਣੇ ਰੈੱਡ ਕਰਾਸ ਦੇ ਰੈੱਡ ਕਰਾਸ ਵਾਲੇ ਦੇ ਨਾ ਹੈੱਡ ਆਫਿਸ ਵਾਲੇ, ਉਹਨਾਂ ਦਾ ਜਿਹੜਾ ਹੈੱਡ ਆਫ ਅਫਰੀਕਾ ਸੀ, ਉਹ ਮੇਰੇ ਨਾਲ ਉਹਨਾਂ ਸੀਗਾ ਗੱਲ ਕਰ,
ਤੇ ਉਹ ਵੀ ਯਾਰ ਕਾਫੀ ਜ਼ਿਆਦਾ ਗੁੱਸੇ ਹੋਇਆ ਸੀਗਾ ਅਤੇ ਉਹਨੇ ਮੈਨੂੰ ਆਪਣੀਆਂ ਪੁਰਾਣੀਆਂ ਰਿਸਰਚਿਸ ਸੋਰੀ ਸਟੱਡੀਜ਼ ਹੁੰਦੀਆਂ ਨਾ, ਕਹਿੰਦੇ ਲਾਸਟ 15 ਸਾਲ ਤੋਂ ਉਹਨਾਂ ਕਹਿ ਰਹੇ ਆ ਤੁਹਾਨੂੰ ਪ੍ਰੋਬਲਮ ਪੈਣੀ ਆ, ਤੁਸੀਂ ਕੁਛ ਜ਼ਿਆਦਾ ਬੰਦੋਬਸਤ ਕਰੋ ਅਤੇ ਉਹ ਪੈਸਾ ਐਲੋਕੇਟ ਕੀਤਾ ਹੁੰਦਾ ਤੁਹਾਨੂੰ ਪਤਾ ਕਿੱਥੇ ਫਿਰ ਜਾਂਦਾ ਲੋਅਨਸ ਬਹੁਤ ਹੈ, ਮਤਲਬ ਗਰੀਬ ਦਾ ਬੁਰਾ ਹਾਲ ਹੀ ਆ ਉੱਥੇ, ਉਹ ਕਿਹੜੇ ਮੁਲਕ 'ਚ ਨਹੀਂ ਭਾਜੀ ਹੈਗਾ ਟ੍ਰਾਈਬਲਿਜ਼ਮ ਹੈਗਾ ਯੂਰੋਪੀਅਨ ਸਿਟੀ ਰਾਈਟ, ਇੰਨੀ ਪ੍ਰੋਗਰੈਸ ਹੋ ਰਹੀ ਹੈ, ਤਰੱਕੀ ਹੈ, ਇੰਨੀ ਬਿਲਡਿੰਗਾਂ ਕਿੱਦਾਂ 10-10, 20-20 ਸਟੋਰੀਆਂ ਬਿਲਡਿੰਗਾਂ ਹੈਗੀਆਂ ਕਿੱਦਾਂ ਇੰਡਸਟਰੀਅਲ ਏਰੀਆਜ਼ ਐਂਡ ਆਲ ਦੈਟ, ਸੋ ਦੇ ਆਰ ਰੀਅਲੀ ਪ੍ਰੋਗਰੈਸਡ ਇਨ ਦੈਟ ਰਿਸਪੈਕਟ ਰਾਈਟ, ਬਟ ਵੈਨ ਯੂ ਗੋ ਅਬਾਊਟ 50 miles ਆਊਟ ਆਫ ਦਾ ਰੇਡੀਅਸ ਆਫ ਦੀਜ਼ ਬਿਗ ਸਿਟੀਜ਼, ਫਿਰ ਤੁਹਾਨੂੰ ਪਤਾ ਲੱਗਦਾ ਭਾਅ ਜੀ ਗਰੀਬੀ ਕੀ ਹੁੰਦੀ ਆ। ਸੋ ਇਹਦੇ ਵਿੱਚ ਜੋ ਹਾਈਟੀ ਵਿੱਚ ਹੋਇਆ ਸੀਗਾ ਉਹ ਤੁਸੀਂ ਸਾਨੂੰ ਦੱਸੋ ਕਿ ਭਾਅ ਜੀ ਕੀ ਹੋਇਆ ਸੀ, ਐਂਡ ਪਹਿਲਾਂ ਹਾਈਟੀ ਹੈ ਕੀ, ਕਿੱਥੇ ਆ? ਹੇਟੀ ਹੈਗਾ ਇੱਥੋਂ 4,500 miles ਆ। ਪਹਿਲਾਂ ਹੇਟੀ ਬੇਸਿਕ ਅਮਰੀਕਾ ਹੈਗਾ, ਅਮਰੀਕਾ ਅਤੇ ਥੱਲੇ ਕਿਊਬਾ, ਕੈਰੇਬੀਅਨ ਆਈਲੈਂਡਸ ਵਿੱਚ ਆ, ਅਤੇ ਡੋਮਿਨਿਕਨ ਰਿਪਬਲਿਕ ਅਤੇ ਹੇਟੀ ਇੱਕ ਆਈਲੈਂਡ ਆ, ਦੋਨੇ ਦੇਸ਼ ਇੱਕ ਟਾਪੂ 'ਚ ਆ। ਜਿਹੜਾ ਡੋਮਿਨਿਕਨ ਰਿਪਬਲਿਕ ਆ ਉਹ ਯੂਰਪ ਵਾਂਗੂ ਆ, ਤੁਹਾਨੂੰ ਪਤਾ ਉੱਥੇ ਕਈ ਹਨੀਮੂਨ ਜਾਂਦੇ ਆ, ਬੀਚਿਸ ਆ, ਹੋਲੀਡੇਜ਼ ਆ, ਪਰ ਜਦੋਂ ਤੁਸੀਂ ਕ੍ਰੋਸ ਕਰੋ ਬੋਰਡਰ ਨਿੱਕੇ ਟਾਪੂ ਹੇਟੀ ਵਾ, ਜਾਂ ਤੁਸੀਂ ਬਿਹਾਰ ਆ ਗਏ, ਭੂਚਾਲ ਵੀ ਹੇਟੀ 'ਚ ਹੀ ਆਇਆ, ਦੂਜੇ ਪਾਸੇ ਫੈਕਟਰੀਆਂ ਜਿੱਥੇ ਗਰੀਬੀ ਬਹੁਤ ਸੀ ਉੱਧਰ ਹੋਇਆ, ਕਿਉਂਕਿ ਉਹ ਨਿੱਕੇ ਨਿੱਕੇ ਜਿਹੜੇ ਪੋਰਟ ਓਪਰੇਸ਼ਨ ਸ਼ਹਿਰ ਉਹਨਾਂ ਦਾ, ਉਹਨੇ ਘਰ ਇੱਕ ਦੂਜੇ ਉੱਪਰ ਉੱਪਰ ਬਣਾਇਆ ਹੋਇਆ, ਮਾੜਾ ਜਿਹਾ ਪਹਾੜ ਹਿੱਲਦਾ ਅਤੇ ਸਾਰੇ ਜਿੱਦਾਂ ਡੱਬੀਆਂ ਡਿੱਗ ਪੈਂਦੇ, ਬਿਲਕੁਲ ਇੱਦਾਂ ਪ੍ਰੋਬਲਮ ਹੋਈ ਉਹ, ਅਤੇ ਉੱਥੇ ਫਿਰ ਬਹੁਤ ਡੈਵਸਟੇਸ਼ਨ ਹੋਈ, ਅਤੇ ਖਾਲਸਾ ਸਾਹਿਬ ਪਹਿਲਾਂ ਉੱਥੇ ਪਹੁੰਚੇ ਸੀਗੇ, ਹਫ਼ਤਾ 10 ਦਿਨ ਬਾਅਦ ਪਹੁੰਚ ਗਿਆ ਸੀ ਮੇਰਾ ਖਿਆਲ, ਅਤੇ ਜਿਹੜੇ ਅਸੀਂ ਪਹੁੰਚਣਾ ਉੱਥੇ, ਪਰ ਬਹੁਤ ਡਿਫੀਕਲਟ ਸੀ ਉਸੇ, ਕਿਉਂਕਿ ਬੋਲੀ ਡਿਫਰੈਂਟ, ਆਦਤ ਡਿਫਰੈਂਟ, ਲੋਕ ਡਿਫਰੈਂਟ, ਡੀਲਿੰਗ ਡਿਫਰੈਂਟ, ਸੋ ਆਪਣਾ ਤਾਂ ਅਟੈਚ ਹੀ ਹੁੰਦਾ ਆ, ਅਤੇ ਜਦੋਂ ਕੋਈ ਤਾਂ ਮਿਸ਼ਨ ਹੁੰਦੀ ਜਾ ਕੇ ਏਅਰਪੋਰਟ 'ਤੇ ਖੜ੍ਹੇ ਹੋ ਕੇ ਦੇਖਣਾ ਵੀ ਹੁਣ ਅਸੀਂ ਕੀ ਕਰੀਏ, ਫਿਰ ਸਾਡੇ ਕੋਲ ਪਰਸਨਲੀ ਅਸੀਂ 3-4 ਦਿੰਦੇ ਆਪਣੇ ਆਪ ਨੂੰ ਮਨ ਦੇ ਵਿੱਚ, ਅਸੀਂ ਓਪਰੇਸ਼ਨ ਸੈਟਅਪ ਕਰਨੇ ਇੱਥੇ, ਪਹਿਲਾਂ ਆਪਣਾ ਬੇਸ ਬਣਾਉਣਾ, ਅਸੀਂ 2 ਜਣੇ ਗਏ, ਪਹਿਲਾਂ ਅਸੀਂ ਜਾਂ 1 ਜਾਂ 2 ਜਣੇ ਜਾਈਦਾ, ਐਵੇਂ ਹੀ ਬੈਂਡ ਬਾਜਾ ਲੈ ਕੇ ਚੱਕੀ ਜਾਣਾ 10-20, ਆਪਣਾ ਖਿਆਲ ਰੱਖਣਾ ਫਿਰ ਉਹਨਾਂ ਦਾ ਖਿਆਲ ਰੱਖਣਾ, ਪਿੱਛੇ ਚੂੰ ਚੂੰ ਕਰੀ ਜਾਣੀ, ਅਤੇ ਤੁਸੀਂ ਆਪਣਾ ਤੁਹਾਡਾ ਹੁੰਦਾ ਵੀ ਇਹ ਮਿਸ਼ਨ ਆ ਤੁਹਾਡਾ, ਜਦੋਂ ਮਿਸ਼ਨ ਸੈਟਅਪ ਹੋ ਗਿਆ, ਬੇਸ ਬਣ ਗਿਆ ਸਾਡਾ, ਆਈਡੈਂਟੀਫਾਈ ਪਾਰਟਨਰ ਕੌਣ ਹੋਊਗੇ, ਕਿੱਥੇ ਕੰਮ ਕਰਨਾ, ਸਪਲਾਈ ਕਿੱਥੋਂ ਲਿਆਉਣੀ, ਉਹ ਸਾਰਾ ਤੁਹਾਨੂੰ ਬਹੁਤ ਦੌੜ ਭਜਾ ਕਰਕੇ ਕਰਨਾ ਪੈਂਦਾ ਸੈਟਅਪ, ਫਿਰ ਹੇਰਾ ਫੇਰੀ ਤੁਹਾਡੇ ਸਾਹਮਣੇ ਆਉਂਦੀ ਆ, ਉਹ ਕਿੱਦਾਂ ਤੁਸੀਂ, ਕਿਉਂਕਿ 10 ਬੰਦੇ ਹੋਰ ਨਹੀਂ, ਮੈਂ ਤੁਹਾਨੂੰ ਮਿਲੂੰਗਾ, ਮੈਂ ਤੁਹਾਨੂੰ ਮਿਲੂੰਗਾ, ਫਿਰ ਤੁਹਾਨੂੰ ਆਪਣੇ ਜਾ ਕੇ ਦੂਰ ਦੂਰ ਜਾ ਕੇ ਦਿਨ ਦਿਹਾੜੀ ਦੇਖਣਾ ਪੈਂਦਾ ਕਿੱਥੇ ਲੋੜ ਆ, ਕੀ ਲੋੜ ਆ। ਹਾਂ, ਫਿਰ ਜਿੱਦਾਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ, ਉੱਥੇ ਸ਼ਹਿਰ ਦੇ ਵਿੱਚ ਪਾਣੀ ਦੀ ਬਹੁਤ ਪ੍ਰੋਬਲਮ ਸੀਗੀ, ਜਦੋਂ ਭੁਚਾਲ ਆ ਅਤੇ ਉਹਨੂੰ ਵਾਟਰ ਟੈਂਕਰ 'ਚ ਟੈਂਕ ਚਾਹੀਦੇ ਸੀਗੇ, ਜਿਹੜੇ ਵੱਡੇ ਹੁੰਦੇ ਨਾ ਪਲਾਸਟਿਕ ਦੇ, 1,000 liters ਦੇ, 750 liters ਦੇ, ਉਹ ਜਿਹੜੇ ਹੁੰਦੇ ਸੀ $200-250 ਦੇ ਹੁੰਦੇ ਸੀਗੇ US, ਉਹ ਬਹੁਤ ਮਹਿੰਗਾ ਦੇਸ਼ ਆ, ਉਸ ਵੇਲੇ ਭੁਚਾਲ ਆ ਗਿਆ ਅਤੇ ਉਹਨੇ $1,000 ਦੇ ਕਰ ਦਿੱਤੇ ਲੋਕਲ ਵਾਲਿਆਂ ਨੇ, ਉਹ ਨਹੀਂ ਦੇਖਦੇ, ਬਿਜ਼ਨਸਮੈਨ ਨੇ ਉਹਦਾ, ਉਹ ਲੋਟਰੀ ਜਿੱਤ ਗਈ ਉਹਨੇ, ਲੋਟਰੀ ਜਿੱਤ ਗਏ। ਹਾਂ, ਅਸੀਂ 2 ਦਿਨ ਇੱਧਰ ਗਏ ਉੱਧਰ ਗਏ,
ਤੇ ਅਚਾਨਕ ਹੀ ਸਾਨੂੰ ਕੋਈ ਬੰਦਾ ਮਿਲਿਆ ਪਾਣੀ ਧੋਂਦਾ ਸੀ ਕਿਤੇ, ਉਹਨਾਂ ਗੱਲ ਕੀਤੀ, ਫਿਰ ਸਾਨੂੰ ਉਹ ਜਿਹੜਾ $1,000 ਦਿੰਦੇ ਉਹ ਫਿਰ ਸਾਨੂੰ $400 ਦਾ ਮਿਲ ਗਿਆ। ਅਸੀਂ ਡੇਢ ਮਹਿੰਗਾ ਸੀਗਾ, ਪਰ ਜਿਹੜੇ ਵੱਡੀਆਂ ਵੱਡੀਆਂ ਜਥੇਬੰਦੀਆਂ ਨਾ ਉਹ ਜਾ ਕੇ ਲਈ ਜਾਂਦੀਆਂ, ਉਹ ਜਿੱਦਾਂ ਤੁਸੀਂ ਗਏ ਕੋਈ ਰੈੱਡ ਕਰੋਸ ਨਾਲ, ਆਕਸਫੈਮ ਨਾਲ, ਤੁਸੀਂ ਨੈਗੋਸ਼ੀਏਟ ਕੋਈ ਗੱਲ ਦੇ ਦਿਓ ਮੈਨੂੰ, ਉਹ ਫਿਰ ਉਹ ਸਪੋਇਲ ਕਰ ਦਿੰਦੇ ਮਾਰਕੀਟ ਨੂੰ। ਹੁਣ ਜਿੱਦਾਂ ਪਾਕਿਸਤਾਨ ਭੁਚਾਲ ਆਇਆ ਸੀਗਾ 2005 ਦੇ ਵਿੱਚ, ਅਸੀਂ ਉੱਥੇ ਪਹੁੰਚੇ, ਉਹਨਾਂ ਦੱਸਾਂ ਕਿੱਦਾਂ ਵੱਡੀਆਂ ਉਹਨਾਂ 'ਚ ਕਰਦੇ ਕੰਮ। ਉੱਥੇ ਜਿਹੜਾ ਟਰੱਕ ਲਾਹੌਰ ਤੋਂ ਜਾਂਦਾ ਸੀਗਾ ਉੱਧਰ ਨੂੰ ਮੁਸਾਫਰਾਬਾਦ ਵੱਲ ਨੂੰ, ਜਿਹੜਾ ਕਸ਼ਮੀਰ ਵਿੱਚ ਆ ਜਾਂਦਾ, ਉਹ ਹੁੰਦਾ ਸੀ ਮੇਰਾ 15-20 ਹਜ਼ਾਰ ਰੁਪਈਏ ਦਾ ਲਾਹੌਰ ਤੋਂ ਜਾਂਦਾ ਸੀਗਾ, ਉਹ ਫਿਰ 40,000 ਦਾ ਹੋ ਗਿਆ, ਕਿਉਂਕਿ ਇਹ ਲੋਕਲ ਔਰਗਨਾਈਜੇਸ਼ਨ ਉਹ ਨਹੀਂ ਖਰੀਦਣ ਲੱਗ ਪਿਆ ਸਮਾਨ, ਉਹਨੇ ਨੈਗੋਸ਼ੀਏਟ ਨਹੀਂ ਕੀਤਾ, ਜੇ ਤੁਸੀਂ ਲੋਕਲ ਬਿਜ਼ਨਸਮੈਨ ਆ ਤੁਹਾਡਾ ਸਮਾਨ ਨਹੀਂ ਆਉਣਾ। ਸੋ ਅਸੀਂ ਸਾਨੂੰ ਖਿਆਲ ਰੱਖਣਾ ਪੈਂਦਾ, ਸੋ ਹਰ ਇੱਕ ਚੀਜ਼ ਵਾ। ਹੇਟੀ ਦੇ ਵਿੱਚ ਬਹੁਤ ਗਰੀਬੀ, ਬਹੁਤ ਹੀ ਤੰਗੀਆਂ, ਫਿਰ ਉੱਥੇ ਅਸੀਂ ਯਤੀਮ ਘਰ ਦੇਖੇ, ਓਫਨੇਜਿਸ, ਉੱਥੇ ਡਿੱਗੇ ਪਏ ਸੀਗੇ, ਮੈਂ ਆਪਣੀ ਅੱਖੀਂ ਦੇਖੇ, ਉਹ ਬੱਚੇ ਬਾਹਰ ਬੈਠੇ, ਪਿੱਛੇ ਬਿਲਡਿੰਗਾਂ ਡਿੱਗੀਆਂ ਪਈਆਂ, ਪਰ ਨਹੀਂ ਰੋਟੀ ਨਹੀਂ ਮਿਲਦੀ, ਖਾਣ ਨਹੀਂ ਮਿਲਦਾ। ਅਸੀਂ ਜਾਂਦੇ ਬ੍ਰੇਕ ਹਨ, ਬ੍ਰੇਕ ਤੋਂ ਬਾਅਦ ਅਸੀਂ ਦੇਖਾਂਗੇ ਥੈਟੀ ਦੇ ਕੁਛ ਕਲਿੱਪਸ ਜੋ ਤੁਸੀਂ ਆਪ ਕੀ ਸੇਵਾ ਕਰਕੇ ਆਏ ਹਾਂ, ਅਤੇ ਬਾਕੀ ਗੱਲਾਂ ਕਰਦੇ ਸੀ ਬ੍ਰੇਕ ਤੋਂ ਬਾਅਦ। ਥੈਂਕ ਯੂ। This is the pump which has been installed by Khalsa Aid. And the kids on a really hot day like this can cool off. Before there was nothing here, they had to bring water. Thank you to everybody who supported Khalsa Aid in Haiti. And we're doing more wells. Because look at the difference it makes. These kids, they need to wash 38 kids in this orphanage. New Vision Orphanage, and without this there's a problem. Is it good? Yes. You happy? Yes, we're so happy. Thank you very much. They're saying thank you to everyone. Thanks. We are only good as the people who give us the money. So these little kids can have a bath, yeah, and on a hot day like this can chill out, right? Right? Yeah. So the most important thing in life, water. Yeah.
जी हाँ, जे तोरे सारे पेपर सही ने थे तो अनु वीजे तो ना हो गई है ता आज ही अपील ले मिलो हरजाप सिंह पंगल लंदन इमिग्रेशन साउथ हॉल बर्मिंघम लेस्टर 0208-571-6889 It was a dream which turned into reality. ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ ਬੈਕ ਟੂ ਦਾ ਸ਼ੋਅ। ਜਿਸ ਤਰ੍ਹਾਂ ਤੁਹਾਨੂੰ ਪਤਾ, ਤੁਸੀਂ ਹੁਣ ਦੇਖ ਹੀ ਰਹੇ ਸੀ ਕਲਿੱਪ ਜੋ ਖਾਲਸਾ ਏਡ ਨੇ ਕੰਮ ਕੀਤਾ ਹੈ ਆਈਟੀ ਵਿੱਚ। ਭਾਅ ਜੀ, ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਉੱਥੇ ਜਦੋਂ ਤੁਸੀਂ ਪਹੁੰਚੇ ਸੀ ਕਿੱਦਾਂ ਦੇ ਹਾਲਾਤ ਸੀਗੇ, ਅਤੇ ਆਹ ਕਲਿੱਪਾਂ ਬਾਰੇ ਥੋੜ੍ਹੇ ਤੁਸੀਂ ਦੱਸੋ ਕਿ ਤੁਸੀਂ ਕੀ ਕੀਤਾ ਉੱਥੇ ਜਾ ਕੇ। ਆ ਜਿਹੜੇ ਤੁਸੀਂ ਕਲਿੱਪ ਦੇਖੇ ਆ, ਥੋੜ੍ਹੀਆਂ ਫੋਟੋਆਂ ਸੀਗੀਆਂ। ਹਾਂਜੀ, ਇਹ ਹੁਣ ਅਸੀਂ ਪਿਛਲੇ ਹਫ਼ਤੇ ਆਏ ਹਾਂ ਹੇਟੀ ਤੋਂ। ਪਿਛਲੇ ਹਫ਼ਤੇ ਆਏ? ਹਾਂਜੀ ਹਾਂਜੀ, ਇੱਕ ਹਫ਼ਤਾ ਉੱਥੇ ਇੱਥੋਂ ਇੱਕ ਸੀਗੇ ਟੀਮ, ਇੱਥੋਂ ਗਈ ਸੀ ਚਾਰ ਤਿੰਨ ਲੇਡੀਜ਼ ਸਿੰਘ ਸੀਗਾ, ਇੱਕ ਕਪਲ ਸੀ ਵਿੱਚੋਂ ਬਰਮਿੰਘਮ ਤੋਂ, ਜੈਵੀ ਗਰਚਾ ਰੈਵੀ ਗਰਚਾ ਜੈਸ ਦੀ ਸੀ, ਅਤੇ ਗਲਾਸਗੋ ਤੋਂ ਜੈਸ ਦੀ। ਉੱਥੋਂ ਉਹਨੇ ਆਪੇ ਹੀ ਜਦੋਂ ਨਾ ਆਪਣੇ ਪੈਸੇ ਟਿਕਟ 'ਤੇ ਇਕੱਠੇ ਕੀਤੇ, ਆਪੇ ਹੀ ਲਾਏ। ਕਹਿੰਦੇ ਅਸੀਂ ਆਪ ਦੇਖਣਾ ਜਾ ਕੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉੱਥੇ, ਨਾ ਤੁਸੀਂ ਕੀ ਕਰਦੇ 2 ਸਾਲ ਦੇ। ਉਹ ਜੇ ਤੁਸੀਂ ਕਲਿੱਪ ਦੇਖਿਆ ਉਹਦੇ ਵਿੱਚ, ਪਹਿਲਾਂ ਦੇ ਐਂਡ ਜਿਹੜਾ ਨਲਕਾ ਤੁਸੀਂ ਦੇਖਿਆ ਕਲਿੱਪ ਦੇ ਵਿੱਚ, ਉਹ ਯਤੀਮ ਘਰ ਦੇ ਵਿੱਚ ਮੈਂ ਆਪਣੀ ਅੱਖੀਂ ਦੇਖਿਆ ਜਦੋਂ ਭੁਚਾਲ ਆਇਆ। ਯਤੀਮ ਘਰ ਆ ਉੱਥੇ, ਅਸੀਂ ਹੁਣ 6-7 ਯਤੀਮ ਘਰ 'ਚ ਕੰਮ ਕਰਦੇ ਹਾਂ ਉੱਥੇ, ਤੰਬੂ ਉਹ ਯਤੀਮ ਘਰ। ਹਾਂਜੀ, ਉਹ ਵੀ ਅਸੀਂ ਤੰਬੂ ਪ੍ਰੋਵਾਈਡ ਕੀਤਾ ਉੱਥੋਂ ਲੋਕ ਲਈ, ਉੱਥੇ ਕੁਛ ਨਹੀਂ ਸੀਗਾ। ਇਹ ਜਿਹੜਾ ਯਤੀਮ ਘਰ ਦਾ ਤੰਬੂ ਲੱਗਾ ਸੀ ਨਾ, ਜਿੱਥੇ ਝੰਡਾ ਚੜ੍ਹਾਇਆ ਉਹਨੇ ਨਿਸ਼ਾਨ ਸਾਹਿਬ, ਉੱਥੇ ਇਹ ਸੀਗੇ ਉੱਪਰ ਕੋਈ ਪਹਾੜ ਜਿਹਾ ਉੱਪਰ ਸੀਗੇ। ਉਹ ਹਰ ਰਾਤ ਨੂੰ ਹਵਾ ਆਉਣੀ ਤੇਜ਼, ਉਹਨੇ ਸਾਰਾ ਕੁਛ ਟੈਂਟ ਤੰਬੂ ਤੋਂ ਪਾੜ ਦੇਣੇ। ਉਹ ਫਿਰ ਬੜਾ ਅਪਸੈਟ ਸੀਗਾ। ਫਿਰ ਅਸੀਂ ਉਹਨਾਂ ਕੋਲ ਉਸ ਵੇਲੇ 42 ਬੱਚੇ ਸੀਗੇ ਯਤੀਮ, ਨਹੀਂ ਮੰਮੀ ਡੈਡੀ ਹੈ ਨਹੀਂ। ਹਾਂਜੀ ਹਾਂਜੀ, ਐਵਰੇਜ ਕਹਿ ਲਓ 35-40 ਈਚ ਓਫਨੇਜ ਦੇ ਵਿੱਚ ਆ। ਅਸੀਂ ਉਹਦੇ ਵਿੱਚ 19 ਇਫੈਕਟ ਹੋਏ ਸੀਗੇ, ਪਰ ਵਿੱਚੋਂ ਅਸੀਂ ਜਿਹੜੇ ਵੀ ਲੋਕਲ ਸਾਡੇ ਏਰੀਏ 'ਚ 6-7 ਸੀ, ਅਸੀਂ ਉਹ ਲੁੱਕ ਆਫਟਰ ਕਰਨ ਲੱਗ ਪਏ ਸੀਗੇ, ਜਿਹਦਾ ਵਿੱਚ ਆਟੋਮੈਟਿਕਲੀ ਉੱਥੇ ਅਸੀਂ ਏਰੀਏ 'ਚ 240-250 ਕਿਡਸ ਘੱਟ ਤੋਂ ਘੱਟ। ਹਾਂਜੀ, ਉਸ ਵੇਲੇ ਉਹ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਨਾ, ਜਦੋਂ ਅਸੀਂ ਉਸ ਏਰੀਏ 'ਚ ਪਹੁੰਚੇ, ਉਹ ਹੈਗਾ 2 ਘੰਟੇ ਦਾ ਰਸਤਾ ਸੀਗਾ ਮੇਨ ਸ਼ਹਿਰ ਤੋਂ ਪੋਰਟ ਓ ਪ੍ਰਿੰਸ ਤੋਂ, ਜਿੱਦਾਂ ਪਿੰਡ ਪੰਜਾਬ ਕਹਿ ਲਓ ਨਾ, ਅਤੇ ਪੁਰਾਣੇ ਸਮੇਂ ਜਿੱਦਾਂ ਅੰਬੀ ਅੰਬ ਸਾਰੇ ਪਾਸੇ ਦਰੱਖਤ ਇੱਦਾਂ ਸੀਗਾ ਏਰੀਆ, ਹਰਿਆਲੀ, ਅੰਬੀ ਅੰਬ, ਕੁਛ ਨਹੀਂ ਸੀ, ਬਹੁਤ ਬੈਕਵਰਡ, ਬਿਜਲੀ ਨਹੀਂ ਸੀ, ਬਿਜਲੀ ਨਹੀਂ ਸੀਗੀ। ਅਤੇ ਆਪਣੇ ਅੱਖੀਂ ਦੇਖਿਆ ਬੱਚੇ ਬੈਠੇ, ਅਤੇ ਪਿੱਛੇ ਘਰ ਉਹਨਾਂ ਦਾ ਯਤੀਮ ਘਰ ਡਿੱਗਿਆ ਪਿਆ ਬਿਲਕੁਲ ਰੋੜੇ ਰੋੜੇ ਹੋਏ, ਅਤੇ ਬੜਾ ਤਰਸ ਆਇਆ ਦੇਖ ਕੇ। ਉਹ ਫਿਰ ਕੈਨੇਡੀਅਨ ਮਿਲਟਰੀ ਉਸ ਵੇਲੇ ਸੀਗੀ, ਉਹ ਵੀ ਕਾਫੀ ਸੇਵਾ ਕੀਤੀ, ਕਹਿੰਦੇ ਅਸੀਂ ਬਿਲਡ ਕਰਾਂਗੇ, ਤੁਸੀਂ ਪ੍ਰੋਵਾਈਡ ਕਰੋ ਸਰਵਿਸਿਸ। ਆ ਜੋ ਨਲਕਾ ਜਿਹੜਾ ਤੁਸੀਂ ਦੇਖਿਆ, ਉਹ ਪਹਿਲਾਂ ਬਹੁਤ ਹੀ ਗਰਮੀ ਸੀ ਆਪਣੇ ਉੱਥੇ ਹੇਟੀ ਵਿੱਚ, ਪੰਜਾਬ ਤੋਂ ਜ਼ਿਆਦਾ ਗਰਮੀ ਆ, ਅਤੇ ਉਹ ਨਿਆਣੇ ਦੀ ਸਕਿਨ ਖਰਾਬ ਹੋਣ ਲੱਗ ਪਈ ਸੀਗੀ, ਨਹਾਉਣ ਨਹੀਂ ਹੁੰਦਾ ਸੀਗਾ, ਇੱਕ ਪਰਾਤ ਲਿਆਉਣੀ ਭਰ ਕੇ ਦੂਰੋਂ, ਉੱਥੇ ਨਿਆਣੇ ਲੀਵ ਲੈ ਕੇ ਫੇਰੀ ਜਾਣੀ ਗੰਦੀ। ਆ ਜਿਹੜਾ ਹੁਣ ਪੰਪ ਤੁਸੀਂ ਦੇਖਿਆ, ਜੇ ਅਸੀਂ ਵੱਡੀ ਕੋਈ ਔਰਗਨਾਈਜੇਸ਼ਨ ਜਾਂਦੇ $3,000 ਮੰਗਦੇ ਸੀ, ਫਿਰ ਅਸੀਂ ਪਿੰਡਾਂ 'ਚ ਘੁੰਮੇ ਮੋਟਰਸਾਈਕਲ ਲੈ ਕੇ ਲੋਕਲ, ਅਤੇ ਉੱਥੇ ਬੰਦੇ ਲੱਭੇ ਜਿਹੜੇ ਟ੍ਰੈਡੀਸ਼ਨਲ ਖੂਹ ਖੋ ਪੁੱਟਦੇ ਆ ਅਤੇ ਨਲਕੇ ਲਾਉਂਦੇ ਆ, ਉਹ ਕਹਿੰਦਾ ਤੁਸੀਂ ਪਲਾਸਟਿਕ ਦਾ ਲਾ ਲਓ, ਅਤੇ $800 ਦਾ US ਦਾ ਲੱਗਣ ਲੱਗ ਪਿਆ ਉਸ ਵੇਲੇ, ਪਾਣੀ 20-30 ਫੁੱਟ ਆ ਜਾਂਦਾ। ਅਤੇ ਉਹ ਜਿਹੜਾ ਹੁਣ 500 ਪਾਉਂਡ ਕਹਿ ਲਓ, 500 ਪਾਉਂਡ ਦਾ ਹੁਣ ਬੱਚੇ ਪਾਣੀ ਪੀ ਸਕਦੇ ਆ, ਵਿੱਚ ਗੋਲੀ ਪਾ ਕੇ ਨਹਾ ਸਕਦੇ ਆ, ਕੱਪੜੇ ਧੋ ਸਕਦੇ, ਉਹ ਇੰਨੀ ਗਰਮੀ ਵਿੱਚ ਹੁਣ ਸਕਿਨ ਪ੍ਰੋਬਲਮ ਵੀ ਠੀਕ ਹੋਣ ਲੱਗ ਪਈ। ਅਨਲਿਮਿਟਿਡ ਵਾਟਰ ਆ, ਅਤੇ ਉਹ ਦੇਖੋ ਤੁਸੀਂ ਅੱਗੇ ਕੁਛ ਨਹੀਂ ਸੀ ਇੱਥੇ, ਆ ਜਿਹੜਾ ਯਤੀਮ ਘਰ ਦੇਖਿਆ ਕੁਛ ਨਹੀਂ ਸੀਗਾ, ਉਹਨੂੰ ਬਾਹਰੋਂ ਦੂਰ ਲੈ ਕੇ ਜਾਣਾ ਪਾਣੀ ਲੈਣ ਜਾਣਾ। ਉਹ ਵੀ ਜੇ ਜਿਹੜਾ ਨਲਕੇ ਦਾ ਮਾਲਕ ਹੋਵੇ, ਦਰਵਾਜ਼ਾ ਖੋਲ੍ਹ ਦੇਵੇ ਅਤੇ ਇਜਾਜ਼ਤ ਦੇਵੇ।
ਅਤੇ ਬਹੁਤ ਹੀ ਪ੍ਰੋਬਲਮ ਜ਼ਿਆਦਾ ਸੀਗੀ ਫਿਰ ਉਹਦੀ ਟੈਂਕ 'ਚ ਸਟੋਰ ਕਰਨਾ ਗੰਦੇ ਟੈਂਕ ਦੇ ਵਿੱਚ ਤੁਹਾਨੂੰ ਪਤਾ ਉੱਥੇ ਲੈਟਰੀਨਸ ਨਿਆਣੇ ਲਈ ਚਾਹੀਦੀਆਂ ਪਾਣੀ ਚਾਹੀਦਾ ਅਤੇ ਜੇ ਟੋਇਲਟਸ ਇੰਨੀ ਗਰਮੀ ਵਿੱਚ ਖਰਾਬ ਹੋਣ ਫਿਰ ਤੁਹਾਡੀ ਇਨਫੈਕਸ਼ਨ ਬਹੁਤ ਫੈਲਦੀ ਆ ਟਾਈਫੋਇਡ ਕੋਲਰਾ ਸੋ ਉਹ ਵੀ ਸੇ ਸਾਰਾ ਫਿਰ ਆਪਣੀ ਜੇ ਹੱਥੀਂ ਕਰੋ ਸੇਵਾ ਕਰਕੇ ਨਾ ਜੇ ਅਸੀਂ ਇਨਕਰੇਜ ਕਰਦੇ ਖਾਲਸਾ ਹੈਡ ਵੀ ਜੇ ਤੁਹਾਡੀ ਕਿਸਮਤ ਚੰਗੀ ਸਾਰਾ ਕੁਝ ਤੁਹਾਡੇ ਕੋਲ ਹੈਗਾ ਆ ਤੁਸੀਂ ਇੱਕ ਵੀਕ ਆਪਣੀ ਇਨਸਾਨ ਦੇ ਲਈ ਕੱਢੋ ਸਾਡੇ ਨਾਲ ਆਵੋ ਆਪਣੇ ਹੱਥੀਂ ਜਾ ਕੇ ਤੁਸੀਂ ਪੈਸੇ ਖਰਚੋ ਸੋ ਇਹਨਾਂ ਦੇ ਨਲਕੇ ਲਾਏ ਇਹਨਾਂ ਦੇ ਨਲਕੇ ਠੀਕ ਕੀਤੇ ਦੋ ਤਿੰਨ ਖੂਹ ਸੀ ਪੁਰਾਣੇ ਜਿੱਦਾਂ ਪੰਜਾਬ 'ਚ ਹੁੰਦੇ ਖੂਹ ਉਹ ਖਰਾਬ ਹੋ ਗਏ ਸੀ ਧਰਤੀ ਹਿੱਲ ਗਈ ਉਹ ਮੁੜ ਕੇ ਫਿਰ ਪੱਟੇ ਥੱਲਿਓਂ ਜਾ ਕੇ ਉਹ ਵੀ ਫਿਰ ਮੁੜ ਕੇ ਚਲਾਏ ਘਰ ਜਿੱਦਾਂ ਇਹਨਾਂ ਦੇ ਸ਼ੈਲਟਰ ਸ਼ੂਲਟਰ ਪ੍ਰੋਵਾਈਡ ਕੀਤਾ ਦਵਾਈਆਂ ਬਹੁਤ ਆਈਆਂ ਕਰੱਚਿਸ ਬਹੁਤ ਲੈ ਕੇ ਆਏ ਕੈਨੇਡਾ ਵਾਲੇ ਥਿੰਕ ਸਾਡੇ ਨਾਲ ਸੀ ਉਸ ਵੇਲੇ ਉਹਨੇ ਕੈਨੇਡਾ ਵਾਲੇ ਜਹਾਜ਼ ਲੈ ਕੇ ਆਏ ਵੱਡਾ ਇੱਕ ਜਹਾਜ਼ ਲੈ ਕੇ ਆਏ ਉਹ 'ਚ ਮੈਡੀਸਨਸ ਕਰੱਚਿਸ ਖਾਣਾ ਪੀਣਾ ਉਹ ਭਾਈ ਅਮਰੀਕ ਸਿੰਘ ਹੈਗਾ ਇੱਥੇ ਹੇਸ ਦੇ ਵਿੱਚ ਹੀਥਰੋ ਕੇਅਰ ਸੁਸਾਇਟੀ ਉਹਦਾ ਬਦਲਣ ਦੋ ਭਾਈ ਜਮੇਰ ਸਿੰਘ ਕੈਨੇਡਾ ਵਾਲੇ ਬਹੁਤ ਚੜ੍ਹਦੀ ਕਲਾਂ ਸੇਵਾ ਕੀਤੀ ਉਹਨਾਂ ਨੇ ਸੋ ਸਾਡੀ ਹੁਣ ਸੇਵਾ ਹੁਣ 2010 ਹਰ ਦੋ ਤਿੰਨ ਮਹੀਨੇ ਕੋਈ ਨਾ ਕੋਈ ਜਾਣ ਪਹਿਲਾਂ ਅਸੀਂ 6 ਮਹੀਨੇ ਉੱਥੇ ਰਹੇ ਅਸੀਂ ਕੈਂਪ ਖੋਲ੍ਹੀ ਉੱਥੇ ਇੱਕ ਉਹ ਕੈਂਪ ਦੇ ਵਿੱਚ ਇੱਦਾਂ ਖੋਲ੍ਹੀ ਆ ਪੁਰਾਣੀ ਫੈਕਟਰੀ ਸੀਗੀ ਅਸੀਂ ਪੁਰਾਣੀਆਂ ਟੋਇਲਟਾਂ ਦੇ ਸ਼ਾਵਰ ਪੱਟ ਦਿੱਤੇ ਨਵੀਆਂ ਟੋਇਲਟਾਂ ਪਾ ਦਿੱਤੀਆਂ ਫੈਂਸ ਲਾ ਦਿੱਤੀ ਸਕਿਉਰਿਟੀ ਗਾਰਡ ਰੱਖ ਲਏ ਖੁੱਖ ਰੱਖ ਲਿਆ ਲੋਂਡਰੀ ਰੱਖ ਲਈ ਕੱਪੜੇ ਧੋਣ ਵਾਲੇ ਕਿਚਨ ਵਾਲੇ ਅਤੇ ਸ਼ਾਵਰ ਬਾਹਰ ਲਾ ਦਿੱਤੇ ਉੱਥੇ ਜਿਹੜੀ ਕੋਈ ਦੁਨੀਆ ਵਾਲਾ ਆਉਂਦਾ ਸੇਵਾ ਕਰਨ ਨਹੀਂ ਆਉਂਦਾ ਉੱਥੇ ਜਾ ਕੇ ਆਪਣੇ ਤੰਬੂ ਲੈ ਕੇ ਰਹਿ ਸਕਦਾ ਤੰਬੂ ਦੇ ਮੈਟਰਸ ਦੇਣੇ ਤੁਹਾਨੂੰ ਸਾਰਾ ਫੈਸਿਲਿਟੀ ਮਿਲੀ ਬਹੁਤ ਇਟ ਇਜ਼ ਅਮੇਜ਼ਿੰਗ ਕੈਂਪ ਯੂਨਿਟੀ ਇਟ ਇਜ਼ ਕਾਲਡ ਇਫ ਯੂ ਯੂਟਿਊਬ ਕੈਂਪ ਯੂਨਿਟੀ ਹੈਟੀ ਯੂ ਗੈਟ ਖਾਲਸਾ ਐਟ ਕੈਂਪ ਯੂਨਿਟੀ ਵੇਅਰ ਐਵਰੀਵਨ ਇਜ਼ ਯੂਨਾਈਟਿਡ ਫੋਰ ਦਾ ਕੋਜ਼ ਅੰਡਰ ਦਾ ਖਾਲਸਾ ਨਿਸ਼ਾਨ ਸਾਹਿਬ ਐਂਡ ਇਟ ਡਸਨਟ ਮੈਟਰ ਵਾਟ ਰਿਲੀਜੀਅਨ ਯੂ ਵੇਅਰ ਔਰ ਐਨੀਥਿੰਗ ਲਾਈਕ ਦੈਟ ਇਟ ਵਾਸ ਅਮੈਰੀਕਨਸ ਕੈਨੇਡੀਅਨਸ ਜਰਮਨਸ ਨੈਵਰ ਨੋ ਹੂ ਸਿੱਖਸ ਵਰ ਸੋ ਦਾ ਬੈਸਟ ਵੇਅ ਟੂ ਡੂ ਪ੍ਰਚਾਰ ਹੂ ਸਿੱਖਸ ਵਰ ਵਾਸ ਦੈਟ ਬਿਕੋਜ਼ ਦਾ ਟੀਮ ਵੁੱਡ ਟਰਨ ਅਪ ਟੂ ਦਾ ਕੈਂਪ ਦਾ ਗੋਰੀ ਫਰਮ ਯੂਰਪ suddenly we turn up and they think oh my god who's that and then you're having breakfast you're having dinner you're talking about issues who Sikhs are and you know that was the best way and that camp was very successful we closed it down after 6 months right. Now every few months somebody goes down and there's a Barclays bank manager called Andrew Duncan right. English guy he's went to Haiti three times last year for us he's become a Carlside volunteer full time you know like not full time but he does his job yeah. But when we need anything he's there. He loves Carlside because we're very hands on And Haiti, where we're working, is, like I said, 2 hours drive. If you're a Singh and you want to travel that part of the world, you'll see the love. You'll see for yourself how people know the Sikhs in that part of Haiti. It's amazing love. You'll be welcomed everywhere. ਬੱਚਿਆਂ ਦਾ ਕੋਈ ਪੜ੍ਹਾਈ ਦਾ ਵੀ ਪ੍ਰੋਗਰਾਮ ਤੁਸੀਂ ਬਣਾਇਆ ਜਾਂ ਕਿੱਦਾਂ ਬਣਾਇਆ ਉੱਥੇ ਕੋਈ ਸਕੂਲਸ ਵੀ ਹੈਗੇ ਉੱਥੇ ਟੀਚਰ ਜਿਹੜੇ ਦੋ ਤਿੰਨ ਓਰਫਨੇਜ ਵਿੱਚ ਟੀਚਰ ਰੱਖੇ ਹੋਆ ਜਾਂ ਸਾਤੋਂ ਫੀਸ ਕਦੇ ਵੀ ਮੰਗਦੇ ਜੇ ਅਸੀਂ ਜਾਈਦਾ ਦੋ ਤਿੰਨ ਮਹੀਨੇ ਬਾਅਦ ਜਾਂ 4 ਮਹੀਨੇ ਜਾਈਦਾ ਉੱਥੇ ਇੱਕ ਓਰਫਨੇਜ ਆ ਜਿਹੜਾ ਅਸੀਂ ਬਿਲਡ ਕਰਨਾ ਚਾਹੁੰਦੇ ਹਾਂ ਉਹ ਓਫਨੇਜ ਵਿਚਾਰਾ ਬਾਕੀ ਨੂੰ ਕੁਛ ਕੁਛ ਮਿਲੀ ਜਾਂਦਾ ਸੀਗਾ ਜਿਹੜੇ ਪੇ ਕ੍ਰਿਸਚੀਅਨ ਮਿਸ਼ਨਰੀ ਆ ਨਾ ਪਰ ਇੱਕ ਓਫਨੇਜ ਆ ਕਾਫੀ ਅਸੀਂ ਕਲੋਜ਼ ਹੁੰਦੇ ਹੋ ਗਏ ਹਾਂ ਤਾਂ ਜੇ ਕੋਈ ਇੱਥੇ ਤੁਹਾਡਾ ਵਿਊਰ ਹੈਗਾ ਆ ਆਪਣਾ ਭਈ ਚੰਗੇ ਭਈ ਕੰਮ ਸ਼ੰਮ ਹੈਗੇ ਆ ਆਪਣਾ ਦਸਵੰਧ ਵੱਡਾ ਕੋਈ ਕੱਢਣਾ ਚਾਹੁੰਦੇ ਆ ਸਾਡੇ ਨਾਲ ਆ ਕੇ ਉੱਥੇ ਓਫਨੇਜ ਬਣਾ ਲੈਣ ਜਾ ਕੇ ਉਹ ਬੱਚਿਆਂ ਲਈ ਕਮਰੇ ਚਾਹੀਦੇ ਆ ਅਤੇ ਉੱਥੇ ਲੱਕੜ ਬਹੁਤ ਮਹਿੰਗੀ ਆ ਸੀਮਿੰਟ ਸੂਮਿੰਟ ਮਹਿੰਗਾ ਆਪਾਂ ਜਿੱਦਾਂ ਹੁਣ ਜੇ ਤੁਸੀਂ 30 ਬੱਚਿਆਂ ਲਈ ਕੁਛ ਬਣਾਉਣਾ You're still looking at like about 40,000-50,000 pounds, right. Like a whole orphanage buildings, okay. Set up, everything. ਜਿੱਦਾਂ ਹੁਣ ਮੀਂਹ ਬਹੁਤ ਪੈਂਦਾ ਆ ਉੱਥੇ ਡਿਜ਼ੀਜ਼ ਫੈਲਦੀ ਆ ਸੋਹਣੀਆਂ ਟੋਇਲਟਾਂ ਬਣਾ ਲਓ ਪਿੱਛੇ ਜਾ ਕੇ ਉਹਦੇ ਜਿਹੜਾ ਡਰਾਈਵ ਜਿਹਾ ਬਣਾ ਦਿਓ ਜਾ ਕੇ ਸੋ ਕੋਈ ਨਾ ਕੋਈ ਹੈਗੇ ਸਾਡੇ ਕਮਿਊਨਿਟੀ ਵਿੱਚ ਹੈਗੇ ਜਿਹੜੇ ਦਾਨੀ ਪਏ ਆਪਣੇ ਹੱਥੀਂ ਕਰਨ ਜਾ ਕੇ ਸਾਨੂੰ ਕੋਈ ਭੇਜਦਾ ਉਹ ਉਹਨਾਂ ਨੂੰ ਬਹੁਤ ਲੋੜ ਆ ਵਿਚਾਰਿਆਂ ਨੂੰ ਹੁਣ ਇੱਕ ਹੋਰ ਗੱਲ ਇੱਥੇ ਆਈ ਆ ਅਸੀਂ ਇੱਕ ਹੋਰ ਯਤੀਮ ਘਰ ਗਏ ਸੀਗੇ ਹੁਣ ਰੇਨੀ ਸੀਜ਼ਨ ਆ ਬਰਸਾਤ ਕਹਿ ਲਓ ਉੱਥੇ ਉੱਥੇ ਗਏ ਆ ਉਹ ਸਾਨੂੰ ਜਾਣਦਾ ਬਹੁਤ ਚਿਰ ਦਾ ਉਹ ਕਹਿੰਦਾ ਮੈਨੂੰ ਕਹਿੰਦਾ ਓ ਰਵੀ ਬ੍ਰਦਰ ਯੂ ਹੇਅਰ ਥੈਂਕ ਗੋਡ ਨਾ ਸਾਡੀ ਟੀਮ ਆਈ ਉਹ ਵੀ ਇੰਟਰੋਡਕਸ਼ਨ ਕੀਤੀ ਕਹਿੰਦਾ ਇੱਥੇ ਦਰਿਆ ਨਾਲ ਆ
ਮੀਂਹ ਪੈਂਦਾ ਸਾਡਾ ਇੱਥੇ ਫਲੱਡ ਹੋ ਜਾਂਦਾ, $300 ਦਾ ਉਹਦੀ ਸਾਰੇ ਕੁਛ ਠੀਕ ਹੋ ਗਿਆ, $100 ਦੇ ਅਸੀਂ ਇੱਕ ਦਿਨ ਦੇ ਰੱਖ ਲਏ ਲੇਬਰਰ, 3 ਟਰੱਕ ਲੈਂਦੇ $200 ਦੇ ਸੈਂਡ ਦੇ, ਅਤੇ ਬੋਰੇ ਸਾਨੂੰ ਫਰੀ ਦੇ ਦਿੱਤੇ ਕਿੰਨੇ 200, ਉਹਨੇ ਰੇਤਾ ਭਰ ਭਰ ਕੇ ਸਾਰਾ ਸੈਂਡ ਬੈਗ ਕਰਤਾ ਆਲੇ ਦੁਆਲੇ, ਜਦੋਂ ਹੁਣ ਫਲੱਡ ਹੁੰਦਾ ਉਹ ਕਵਰ ਹੋ ਗਿਆ। ਭਾਅ ਜੀ ਮੈਨੂੰ ਹਾਈਟੀ 'ਚ ਜੋ ਕੁਛ ਕੀਤਾ ਬਹੁਤ ਤੁਹਾਡਾ ਸ਼ਲਾਘਾਯੋਗ ਹੈ, ਬਹੁਤ ਕੰਮ ਕੀਤਾ ਉਹਦੇ 'ਚ। ਅਸੀਂ ਇਹੀ, ਮੈਂ ਤਾਂ ਇਹੀ ਮੈਸੇਜ ਕਹਿ ਸਕਦਾ ਕਿ ਜੋ ਇੱਥੇ ਦੇ ਬੱਚੇ ਆ ਨਾ, ਖਿੱਚ ਆ ਰਹੇ ਹੋਏ ਲਿਸਨਿੰਗ ਟੂ ਦਿਸ, ਇਫ ਵੀ ਲੂਜ਼ ਆਰ ਫੋਨ, ਲੈਟ ਮੀ ਟੈਲ ਯੂ, ਆਈ ਲੋਸਟ ਮਾਈ ਫੋਨ ਫੋਰ ਵਨ ਡੇ, ਹਾਂ, ਆਈ ਡ੍ਰੌਪਡ ਇਟ ਇਨ ਅ ਟੋਇਲਟ, ਦੈਟਸ ਅ ਡਿਫਰੈਂਟ ਸਟੋਰੀ ਅਬਾਊਟ ਹਾਊ ਆਈ ਡਨ ਦੈਟ, ਆਈ ਡੋਨਟ ਵਾਂਟ ਟੂ ਗੈਟ ਦਿਸ ਇਨ ਦਾ ਹਾਊ ਆਈ ਡਨ ਇਟ। ਸੋ ਬਟ ਮੈਂ ਇੰਨਾ ਖੱਜਲ ਹੋਇਆ, ਦੁਖੀ ਹੋਇਆ ਨਾ, ਮੇਰਾ ਫੋਨ ਨਹੀਂ ਹੈਗਾ ਜਾਂ ਮੇਰਾ ਇੰਟਰਨੈਟ ਜੇ ਖਰਾਬ ਹੋ ਜਾਵੇ ਨਾ ਦਿਹਾੜੀ ਲਈ, ਮੈਂ ਯਾਰ ਇੰਨਾ ਦੁਖੀ ਹੋਇਆ ਯਾਰ, ਫੋਨ ਇੰਨਾ। ਬਟ ਦੇ ਆਰ ਚਿਲਡਰਨ ਓਲ ਓਵਰ ਦ ਵਰਲਡ ਜਿਹਨਾਂ ਤੁਸੀਂ ਦੇਖ ਕੇ ਆਏ, ਜਿਹਨਾਂ ਨੂੰ ਇਹ ਵੀ ਨਹੀਂ ਪਤਾ ਮੋਬਾਈਲ ਫੋਨ ਹੁੰਦਾ ਕੀ ਆ, ਬਿਜਲੀ ਹੀ ਹੁੰਦੀ ਆ, ਇੰਟਰਨੈਟ ਤਾਂ ਬਹੁਤ ਦੂਰ ਦੀ ਗੱਲ, ਹਾਂਜੀ ਹਾਂਜੀ, ਟੀ ਵੀ ਵੀ ਨਹੀਂ ਹੋਣਾ ਉਹਨਾਂ ਕੋਲ, ਰੇਡੀਓ ਵਗੈਰਾ ਕੋਈ ਫੈਸਿਲਿਟੀਜ਼ ਨਹੀਂ ਹੋਣੀ, ਐਂਡ ਦ ਵਰਸਟ ਥਿੰਗ ਇਜ਼ ਦੇ ਹੈਵ ਨਹੀਂ ਮਮ ਐਂਡ ਡੈਡ। ਸੋ ਅਸੀਂ ਜਿਹੜੇ ਪਹਿਲਾਂ ਇੱਥੇ ਆ ਗਏ ਆ, ਬਹੁਤ ਸ਼ੁਕਰ ਕਰੋ ਆਪਣੇ ਪੇਰੈਂਟਸ ਦਾ ਕਿ ਸਾਨੂੰ ਇੱਥੇ ਲਿਆ, ਖੁਦ ਬਿਨਾ ਸਪੋਜ਼ ਇਟਸ ਨੋਟ ਜਸਟ ਹਾਈਟੀ, ਕਿਉਂਕਿ ਹੁਣ ਮੈਂ ਗੱਲ ਲਿਆਉਣ ਲੱਗਾ ਇੰਡੀਆ ਦੀ, ਇੰਡੀਆ 'ਚ ਬਹੁਤ ਹੈ, ਜਿਵੇਂ ਤੁਸੀਂ ਕਹਿੰਦੇ ਅਸੀਂ ਸੋਚਦੇ ਹਾਂ ਕਿ ਚਲੋ ਦੈਟਸ ਅ ਪੂਅਰ ਕੰਟਰੀ, ਪਰ ਇੰਡੀਆ 'ਚ ਤਾਂ ਨਹੀਂ ਇੱਦਾਂ ਦਾ। ਬਾ ਤੁਸੀਂ ਹੁਣ ਦੱਸੋਗੇ ਕਿ ਪੰਜਾਬ 'ਚ ਜਾਂ ਇੰਡੀਆ 'ਚ ਤੁਸੀਂ ਕਿੱਦਾਂ ਦੇ ਹਾਲਾਤ? ਪੰਜਾਬ ਦੇ ਵਿੱਚ ਤਾਂ ਬਹੁਤ ਮਾੜੇ ਹਾਲ, ਪੰਜਾਬ 'ਤੇ ਜਿਹੜੇ ਕਹਿੰਦੇ ਭਾਈ ਗਰੀਬੀ ਹੈ ਨਹੀਂ ਗੀ, ਅਸੀਂ ਦੇ ਨੀਡ ਟੂ ਓਪਨ ਦੇਅਰ ਆਈਜ਼। ਤੁਸੀਂ ਉੱਥੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜਿਹੜੇ ਅਸੀਂ ਕਰਦੇ ਪ੍ਰੋਗਰਾਮ ਸ਼ਹੀਦ ਪਰਿਵਾਰਾਂ ਦਾ, ਜਿਹੜੇ ਭਾਈ ਜਿਹੜੇ ਉੱਥੇ ਹੁਣ ਗੌਰਮੈਂਟ ਨੇ ਵੀ ਐਡਮਿਟ ਕਰ ਦਿੱਤਾ ਆ ਭਾਈ, ਉੱਥੇ ਐਕਸਟਰਾ ਜੁਡੀਸ਼ਲ ਕਿਲਿੰਗਸ ਹੋਈਆਂ, 2700 ਕੇਸ ਐਡਮਿਟ ਕੀਤਾ ਗੌਰਮੈਂਟ ਨੇ ਭਾਈ, ਜਿਹੜੇ ਭਾਈ ਨੌਜਵਾਨ ਮੁੰਡੇ ਚੱਕ ਕੇ ਗੋਲੀ ਮਾਰ ਦਿੱਤੀ ਐਵੇਂ। ਸੋ ਉਹਦਾ ਮੁੰਡੇ ਮਾਰੇ 84 ਜਦੋਂ ਉੱਥੇ ਪ੍ਰੈਜ਼ੀਡੈਂਸ ਰੂਲ 2 ਵਾਰੀ ਹੋਇਆ ਪੰਜਾਬ 'ਚ, 2 ਜਾਂ 3 ਵਾਰੀ 84 ਮਗਰੋਂ, ਐਵਰੀ ਟਾਈਮ ਦੇ ਪ੍ਰੈਜ਼ੀਡੈਂਸ ਰੂਲ ਦੇ ਇਜ਼ ਅ ਸਸਪੈਂਸ਼ਨ ਆਫ ਲੋ, the rule of law, so anything goes, you can do what you want under the special powers, and so after basically the huge extrajudicial killings and massacres in Punjab youth, the bujurgs, the parents who had the hopes that their kids will look after them in old age, they're left without parents, no breadwinner. They become beggars basically, and I was astonished that as we approached the situation, we had so much resistance from within the community as well, because you start asking questions. I was 14 when 84 happened, and I didn't think that we would have neglected these families so badly, as we are a well-to-do nation people. And so when we go, I'll give you an example. We went to one pind, which is quite tragic what happened afterwards. They were very poor. His son was killed in 91, and I got a phone call, somebody from the UK went with them. Right. He had a huge hernia, right. Massive hernia. Yeah. And the guy phones me, he goes, my son's in deep pain, because we go see every 2 months. Okay. Within that 2 months, it must have grown. Yeah. And I said, okay, get him an operation. Yeah. Next day, 6 a.m., he's in the car, we get an operation, very poor family. He goes back, within a week, his other son gets killed in the village with a local feud. And he stood up for somebody poor, right. And somebody attacked and killed him. That family is left with nobody. If we hadn't been there, what would happen to the family? These are families, the families of Shaheeds, as we call them, and who are, I think many people will come on TV stations, radios, they will talk big on Facebook, big behind the scenes, but they'll be too apologetic to talk about it because it might offend someone. Why should it offend someone talking about our own, you know, families of Bajurgs and Mataji who are absolutely living a good Sikh Jeevan,
living in absolute dire poverty because their son's been killed. ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਟੀਵੀ ਤੇ ਤੇ ਰੇਡੀਓ ਤੇ 1984 ਤੋਂ ਬਾਅਦ ਕਿੰਨੇ ਸਿੱਖ ਆਰਗੇਨਾਈਜੇਸ਼ਨਾਂ ਨੇ ਜਾਂ ਸੋ ਕਾਲਡ ਸਿੱਖ ਆਰਗੇਨਾਈਜੇਸ਼ਨ ਦੇ ਚੈਟੇ ਨੇ ਪੈਸੇ ਇਕੱਠੇ ਕੀਤੇ ਹੋ ਗਏ ਮੇਰਾ ਖਿਆਲ ਮਿਲੀਅਨਸ ਆਫ ਡਾਲਰਸ ਵਿੱਚ ਚੱਲਣ ਦਾ ਹੋਣਾ ਪਾਉਂਡਸ ਐਂਡ ਡਾਲਰਸ ਇਟ ਮਸਟ ਰਨ ਇਨ ਟੂ ਮਿਲੀਅਨਸ ਇਹ ਸਿਰਫ ਸ਼ਹੀਦਾਂ ਦੇ ਬੱਚਿਆਂ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਪੈਸੇ ਇਕੱਠੇ ਕੀਤੇ ਆ ਲੋਕਾਂ ਨੇ ਜਾਂ ਜੋ ਆਪਣੇ ਲੋਕਾਂ ਨੇ ਉਹ ਪੈਸੇ ਫਿਰ ਮਤਲਬ ਜੋ ਤੁਸੀਂ ਦੱਸ ਰਹੇ ਹੋ ਪਹੁੰਚੇ ਨਹੀਂ ਪੈਸੇ ਜਦੋਂ ਫੈਮਿਲੀ ਦੀ ਗੱਲ ਕਰੀ ਨਾ ਪੈਸੇ ਦੇਰ ਆਰ ਆਰਗੇਨਾਈਜੇਸ਼ਨ ਦੈਟ ਡਿਡ ਡੂ ਅਰੈਟਿਕ ਸਰਵਿਸ They did do it when they could. Bits and bobs here. They did bits and bobs because I think at the time either it was difficulty or whatever. And that followed up, which we admit they done it, many people did, up to late 90s maybe. Right. It trickled down. Right. Even they'll admit it. Right. After that, those lists of families, etc., either disappeared or the will to carry on stopped or like you said, the general Joe Block basically said like, I don't trust you guys anymore. It stopped. So what we done, instead of like going on about it, like you're saying, where are the missing millions? Yeah, exactly. Right? That's, you know, I think people have to explain to themselves, whoever collected it. I was a young guy at the time. Yeah. I remember also money being collected and money... ਹਰੇਕ ਗੁਰੂ ਘਰ 'ਚ ਪੈਸੇ ਇਕੱਠੇ ਕੀਤੇ ਗਏ ਆ ਐਂਡ ਲੋਕਾਂ ਨੇ ਪੈਸੇ ਦਿੱਤੇ ਆ ਸ਼ਹੀਦਾਂ ਦੇ ਬੱਚਿਆਂ ਲਈ ਇਹੀ ਸੋਚਿਆ ਕਿ ਉਹ ਫੈਮਿਲੀਆਂ 'ਤੇ ਪਹੁੰਚੂਗੇ ਪਰ ਤੁਸੀਂ ਹੁਣ ਦੱਸ ਰਹੇ ਹੋ ਕਿ ਕੁਛ We got at the moment 116 families a month we're looking after. But if 116 hai par je assi continue kariye looking after look hor labne research kariye that could be 500 easily and that's just the tip of the iceberg so there could be thousands there are thousands so hazara hi parivar hai halle jinna nu koi paisa nahi mil raha ohna di bahut tangi chal raha paisa shayad milya hoga about 10 up to 10 15 years ago but, little bits and bobs but aaj rate kuch nahi mil raha little bits and bobs like right. you said and there was nothing regular set up and I'm surprised that because you know like you expect organizations to keep record regular no matter what you know you've gone you give you 50 so quid problem sa ke lokan ne paise ikatthe karke ek adhi wari fraate ਤੇ ਬਾਅਦ ਫਿਰ ਉਹਨਾਂ ਨੇ ਕੋਈ ਰੈਗੂਲਰ ਨਹੀਂ ਕਿ ਐਵਰੀ ਮੰਥ ਦੀ ਕੋਈ ਦਾ ਇਨਕਮ ਜਾਂ ਕੋਈ ਪੈਸਾ ਦੇ ਸ਼ੁੱਡ ਹੈਵ ਬੀਨ ਅ ਰੈਗੂਲਰ ਚੈੱਕਅਪ ਸ਼ੁੱਡ ਹੈਵ ਬੀਨ ਅ ਰੈਗੂਲਰ ਚੈੱਕਅਪ ਦੇ ਸ਼ੁੱਡ ਹੈਵ ਬੀਨ ਅ ਰੈਗੂਲਰ ਚੈੱਕਅਪ ਆਫ ਦ ਗਾਇਜ਼ ਦੈਟ ਐਕਚੁਅਲੀ ਅਟੇਨਡ ਸ਼ਹੀਦ ਯੂ ਨੋ ਆਈਦਰ ਵਨ ਵੇ ਔਰ ਅਨਦਰ ਬਿਕਾਜ਼ ਪੀਪਲ ਸੈਂਗ ਦੇ ਪ੍ਰਾਈਜ਼ਸ ਰਾਈਟਲੀ ਸੋ ਫਾਰ ਆਮ ਕਨਸਰਨਸ ਫਾਰ ਆਮ ਕਨਸਰਨ ਬਟ ਦੇ ਸ਼ੁੱਡ ਹੈਵ ਬੀਨ ਅ ਰੈਕੋਰਡ ਸੇਇੰਗ ਡੂ ਯੂ ਨੋ ਦੈਟ ਫੈਮਿਲੀ ਨੀਡਸ ਹੈਲਪ ਇਟਸ ਨਾਟ ਲਾਈਕ ਦੇ ਆਰ ਔਨ ਮਾਰਸ ਔਰ ਔਨ ਸਮਵੇਅਰ ਦੇ ਆਰ ਇਨ ਪੰਜਾਬ ਵੇਅਰ If you're not allowed to go, your friends will, your relatives will, your colleagues will. So I don't know where it went wrong, but so if we did not pick this up, yeah. those 116 families now would be in the same situation. I'll give you an example. There's a Bibi called Jagir Kaur in Sangarur. Four sons have been killed, we discovered, about 6 months ago when we found her. Her daughter was 21 or 22. Yeah. In 1991-92, they took her to the police station 2 days, raped her, beat her up, shot her in the head the second day, right? At that time, if you complain, they wiped the family out. This family was almost wiped out except one son, who was a laborer, ill, and he's now struggling to make ends meet and look after his mom, so we got the family. There's a daddy, a ma of two guys who have become shaheed, and they're living in such poverty, the daddy fell down, dislocated the hip and everything, she's just sitting there rotting away. ਸਭ ਤੋਂ ਜ਼ਿਆਦਾ ਚੜ੍ਹਾਵਾ ਐਸ ਜੀ ਪੀ ਸੀ ਦੇ ਚੜ੍ਹ ਹਰਿਮੰਦਰ ਸਾਹਿਬ ਚੜ੍ਹਦਾ ਐਸ ਜੀ ਪੀ ਸੀ ਕੋਲ ਇੰਨਾ ਬਜਟ ਆ ਪਿੱਛੇ ਜੇ ਇਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਕਿਹਾ ਸੀ ਸਾਤੋਂ ਲੋਨ ਲੈ ਲਓ ਉਹ ਫਿਰ ਇਸ ਫੈਮਿਲੀਆਂ ਦੀ ਕਿਉਂ ਨਹੀਂ ਕੇਅਰ ਕਰਦੀ ਵਾਈ ਡੂ ਯੂ ਹੈਵ ਟੂ ਗੋ ਫਰੋਮ ਦੀ ਯੂਕੇ
ਟੂ ਲੁੱਕ ਆਫਟਰ ਹਿਸ ਫੈਮਿਲੀ ਸੋ ਬਸ ਜਿਹੜੇ ਉੱਥੇ ਅਕਾਲ ਤਖਤ ਦੇ ਜਥੇਦਾਰ ਬੈਠੇ ਆ ਹਰਿਮੰਦਰ ਸਾਹਿਬ ਜੋ ਬੈਠੇ ਜਿੰਨਾ ਪੈਸਾ ਉਹਨਾਂ ਦਾ ਨਹੀਂ ਫਰਜ਼ ਬਣਦਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਫੀਡ ਕਰੀਏ ਲੁੱਕ ਆਫਟਰ ਕਰੀਏ ਜਾਂ ਉਹਨਾਂ ਨੂੰ ਪਤਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਾ ਹੋਊਗਾ ਕਿ ਹੈਗੇ ਜਾਂ ਤਾਂ ਉਹਨਾਂ ਨੂੰ ਪਤਾ ਤਾਂ ਇਗਨੋਰ ਕਰਦੇ ਆ ਵਟਸ ਗੋਇੰਗ ਰੋਂਗ ਦੇ ਦੇ ਆਰ ਵੈਰੀ ਅਵੇਅਰ ਦੇ ਫੁਲੀ ਅਵੇਅਰ ਬਿਕੋਜ਼ ਦ ਪੀਪਲ ਹੂ ਆਰ ਸਿਟਿੰਗ ਐਟ ਟੌਪ ਦ ਐਲਡਰਲੀ ਗਾਇਸ ਹੂ ਹੈਵ ਬੀਨ ਥਰੂ ਦ ਮਿਲ ਦੇ ਸੀਨ ਐਵਰੀਥਿੰਗ ਵਾਟਸ ਹੈਪਨਡ ਇਟਸ ਦ ਲੈਕ ਆਫ ਵਿਲ ਪਾਵਰ and it's the lack of basically a fear that if we start doing something we might have to spend money they're hoarding the funds how do you know they haven't given the funds to the government how do you know Punjab government is not siphoning off the money how do we know we don't know one thing they do know people like yourself people like Paji other people will go and give $1,000 $10,000 we become very ritualistic that money you're giving over there you know should be put in better use in the pins Now, you're saying about SGPC. Why aren't the SGPC commissioning reports on HIV? Huge rise in HIV. Why not on the drugs issue? Why has it gone so badly wrong in Punjab? You know, all these issues, they should be getting in teams from abroad, specialist teams with the funds they got. Mm-hmm. There's definitely lack of willpower, massive corruption. There's not lack of funds. Right, and there's not lack of funds. Yeah. There's massive corruption, yeah. And they do not want to acknowledge these families. At all in any way. They will acknowledge the odd family just to, during the votes, when the votes come. When the votes happen, you've probably seen guys with kurte pajama chitte and yeah, yeah, yeah. They No, these guys, the politicians call these guys the Tarmi Fojis. Right. They sit them one corner, look what we're doing for them, yeah. Vote for us. Yeah. As soon as the voting over, you know, Soju, we don't want you anymore. And then they go back into that same hell again. So there is massive corruption. And who's causing the corruption? We are. When you're putting money with your eyes closed, You're not using your akal to give the daan. ਜੋ ਅਸੀਂ ਅੰਨਾ ਦਾਨ ਦੇ ਦਿੰਦੇ ਹਾਂ ਬਿਨਾਂ ਕਿਸੇ ਖੋਜ ਕੀਤੇ ਅਕਲ ਨਹੀਂ ਦੇਣੀ ਦਾਨ ਦੇ ਸੋਚੋ ਆਪਣੀ ਅਕਲ ਦਾ ਦੇਖੋ ਜੇ ਤੁਸੀਂ ਦਾਨ ਦਿੰਦੇ ਹਾਂ ਤਾਂ ਤੁਹਾਨੂੰ ਪਤਾ ਕਿ ਉਹ ਮੋਹਰੇ ਨਹੀਂ ਪਹੁੰਚ ਰਿਹਾ ਉਹ ਵੀ ਤੁਹਾਡਾ ਕਿਸੇ ਪੁੰਜ ਨਹੀਂ ਲੱਗਦਾ ਉਹ ਤਾਂ ਕਿਸੇ ਫਿਰ ਤੁਸੀਂ ਅੰਧ ਵਿਸ਼ਵਾਸ 'ਚ ਚੱਲ ਰਹੇ ਹਾਂ ਤੁਹਾਡੇ ਇਕੱਲੇ ਇਕੱਲੇ ਪਿੰਡਾਂ 'ਚ ਗਰੀਬੀ ਆ ਤੁਸੀਂ 1000 ਪੁਣ ਉੱਥੇ ਨਹੀਂ ਦੇਣਾ ਨਾ ਤੁਸੀਂ ਘਰ ਬਣਾਓ ਕਿਸੇ ਦਾ ਨਾ ਕਿਸੇ ਨੂੰ ਮੱਝ ਖਰੀਦਣੀ ਮੱਝ ਮਰ ਗਈ ਨਾ ਕਿਸੇ ਨੂੰ ਕੋਈ ਪੜ੍ਹਾਈ ਦਿਖਾਉਣੀ ਪਰ ਅਸੀਂ ਉੱਥੇ ਦੇਣਾ ਦਿਖਾਵੇ ਲਈ ਵੀ ਆਹ ਦੇਖੋ ਜੀ ਮੈਂ 1000 ਪੁਣ ਸਿੱਟਿਆ ਭਾਜੀ ਹੁਣ ਅਸੀਂ ਆਨੇ ਬ੍ਰੇਕ ਆ ਤਾਂ ਬਾਕੀ ਗੱਲਾਂ ਅਸੀਂ ਕਰਾਂਗੇ ਬ੍ਰੇਕ ਤੋਂ ਬਾਅਦ ਐਂਡ ਪੀਪਲ ਵਾਂਟ ਟੂ ਗੈਟ ਇਨਵੋਲਵਡ ਵਿਦ ਯੂ ਤਾਂ ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਰੀ ਗੱਲਾਂ ਕਰਾਂਗੇ ਅਸੀਂ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਗੱਲ ਸਾਡੀ ਹੋ ਰਹੀ ਆ ਖਾਲਸਾ ਏਡ ਬਾਰੇ ਕਿ ਸਹੀ ਚੈਰਿਟੀਆਂ ਅਤੇ ਗਲਤ ਚੈਰੀਆਂ ਚੈਰਿਟੀਆਂ ਦੇ ਵਿੱਚ ਫਰਕ ਕੀ ਆ ਤੁਹਾਨੂੰ ਪਤਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਿਰਫ ਸਹੀ ਬੰਦਿਆਂ ਨੂੰ ਆਪਣੇ ਸ਼ੋਅ 'ਤੇ ਲੈ ਕੇ ਆਵਾਂ ਅਤੇ ਗਲਤ ਬੰਦਿਆਂ ਦੇ ਕੋਲ ਤਾਂ ਨੰਗੀ ਦਾ ਹੀ ਨਹੀਂ ਪਾਪ ਹੀ ਆ ਮੈਂ ਤੁਹਾਨੂੰ ਅੱਗੇ ਫਰਾਈਡੇ ਵੀ ਇਹੀ ਗੱਲ ਦੱਸੀ ਸੀ ਕਿ ਜਿਹੜਾ ਬੰਦਾ ਗਲਤ ਹੋਵੇ ਉਹ ਰੋਡ ਕ੍ਰੋਸ ਕਰ ਲਈਦਾ ਉਹਨੂੰ ਅਗਲੇ ਤਾਂ ਹੈਲੋ ਹੱਲੋ ਕਹਿਣ ਦੀ ਬਣੀ ਲੋੜ ਜੇ ਨੰਗ ਵੀ ਜਾਓ ਕੋਲ ਉਹ ਵੀ ਪਾਪ ਹੀ ਆ ਸੋ ਇਹ ਤੁਹਾਡੇ 'ਚ ਮੇਨ ਚੀਜ਼ ਹੈ ਕਿ ਸਹੀ ਗਲਤ ਪਛਾਣ ਕਰੋ ਜਦੋਂ ਅਸੀਂ ਦਾਨ ਦਿੰਦੇ ਹਾਂ ਨਾ ਅਸੀਂ ਅੰਨੇ ਹੋ ਕੇ ਦੇਣ ਲੱਗ ਜਾਂਦੇ ਹਾਂ ਕਿ ਜੀ ਸ਼ਾਇਦ ਬਾਬਾ ਜੀ ਸਾਡਾ ਪਾਪ ਮਾਫ਼ ਕਰ ਦਿਓ ਪਾਪ ਮਾਫ਼ ਕਰ ਦਿਓ ਪਹਿਲਾਂ ਤਾਂ ਜੀ ਜੇ ਦਾਨ ਨਾਲ ਪਾਪ ਮਾਫ਼ ਹੁੰਦਾ ਤਾਂ ਜਿਹੜੇ ਬੜੇ ਬੜੇ ਟੈਕਸ ਫਰੋਡ ਕਰਦੇ ਆ ਉਹ ਤਾਂ ਦਾਨ ਕਰਕੇ ਮਾੜੇ 10% ਉਹ ਤਾਂ ਛੋਟੀਆਂ ਬਾਬਾ ਜੀ ਨੇ ਤੁਹਾਡੇ ਦਾਨ ਦੂਨ ਨਹੀਂ ਦੇਖਣੇ ਉਹ ਇੱਕੋ ਚੀਜ਼ ਕਹਿੰਦਾ ਕਿ ਰੱਬ ਦਾ ਨਾਂ ਲੈ ਲਓ ਅਤੇ ਰੱਬ ਨੂੰ ਖੋਜੋ ਆਪਣੇ ਅੰਦਰ ਮੇਰਾ ਖਿਆਲ ਬੇਸਿਕਸ ਤਾਂ ਖੈਰ ਰਿਲੀਜਨ ਦੇ ਇਹੀ ਆ ਸਾਰਿਆਂ ਦੇ ਪਰ ਰੱਬ ਦਾ ਨਾਂ ਲਓ ਤਾਂ ਹੀ ਅਤੇ ਅੱਛੇ ਕਰਮ ਕਰੋ ਅੱਛੇ ਕਰਮ ਇਹ ਨਹੀਂ ਕਿ ਤੁਸੀਂ ਫਰੋਡ ਕਰਕੇ ਜੀ 10 ਮਾਂ ਸਾਹਿਬ ਬਾਬੇ ਨੂੰ ਚੜ੍ਹਾ ਦਿੱਤਾ ਇਹ ਕੰਮ ਨਹੀਂ ਅਸਲਾ ਹੁੰਦਾ ਕਿ ਤੁਸੀਂ ਆਪਣਾ ਜੋ ਮਿਹਨਤ ਦੀ ਕਮਾਈ ਹੈ ਸਹੀ ਜਗ੍ਹਾ ਲਾਓ ਜਿੱਥੇ ਸਹੀ ਮਦਦ ਕਰ ਸਕਦੇ ਹਾਂ ਹਰ ਅਨਫੋਰਚੁਨੇਟਲੀ ਹਰ ਔਰਗਨਾਈਜੇਸ਼ਨ ਜੋ ਹੁੰਦੀ ਆ ਉਹ ਸਹੀ ਤਰੀਕੇ ਨਾਲ ਨਹੀਂ ਚੱਲਦੀ ਚੱਲਣਾ ਚਾਹੀਦਾ ਹੈ ਜੇ ਚੱਲਦੀਆਂ ਹੁੰਦੀਆਂ ਤਾਂ ਅੱਜ ਸਾਡੇ ਕੋਲ ਇਹ ਸਟੇਟ ਨਹੀਂ ਹੁੰਦਾ ਦੁਨੀਆ ਬਹੁਤ ਬੈਟਰ ਪਲੇਸ ਹੁੰਦੀ ਬਟ ਅਨਫੋਰਚੁਨੇਟਲੀ ਲੋਕ ਧਰਮ ਦੇ ਨਾਂ 'ਚ ਪੈਸੇ ਬਹੁਤ ਇਕੱਠੇ ਕੀਤੇ ਤਾਂ ਪਹੁੰਚੇ ਨਹੀਂ ਕਿੱਥੇ ਇਨਸਟੈਡ ਉਹਨਾਂ ਦੇ
ਇਹ ਮਕਾਨ ਜ਼ਰੂਰ ਬਣ ਗਏ 6-6 ਬੈਡਰੂਮ ਵਾਲੇ, ਉਹ ਪਤਾ ਨਹੀਂ ਹੁਣ ਕੌਣ ਛੱਡ ਕੇ ਗਿਆ ਸੀ, ਉਹ ਤੁਸੀਂ ਲੈਂਡ ਰਜਿਸਟਰੀਆਂ ਫੁੱਲ ਲਓ ਕਿ ਕੌਣ ਕਿਹਦੇ ਕੋਲ ਆ ਕਿਹਦੇ ਕੋਲ, ਜਾਂ ਫਿਰ ਕਿਤੇ ਅਸੀਂ ਵਿਹਲੇ ਹੋ ਕੇ ਖੋਲਾਂਗੇ, ਰਿਟਾਇਰ ਹੋ ਕੇ ਉਹਨਾਂ ਆਹੀ ਕੰਮ ਕਰਨਾ ਸੀ। ਬਟ ਇਹਦੇ 'ਚ ਗੱਲ ਸਾਡੀ ਹੋ ਰਹੀ ਆ ਖਾਲਸਾ ਏਡ ਵਾਲੇ ਨਾਲ, ਕਾਫੀ ਸਾਲਾਂ ਤੋਂ ਇਹਨਾਂ ਦਾ ਕੰਮ ਦੇਖ ਰਹੇ ਸੀ ਅਤੇ ਕਿ ਇਹ ਕਿੱਥੇ ਜਾ ਰਹੇ ਕਿੱਥੇ ਨਹੀਂ। ਇਹ ਨਹੀਂ ਜੀ ਕਿ ਇਹ ਕੋਈ ਗਲਤ ਏਜੰਸੀ ਆ ਜਾਂ ਕਿੱਦਾਂ, ਇਹਨਾਂ ਦਾ ਕੰਮ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਨੇ ਆਪਣੇ ਅੱਖਾਂ ਨਾਲ ਤੁਸੀਂ ਦੇਖ ਲਿਆ ਅਤੇ ਬਾਕੀ ਤੁਹਾਨੂੰ ਦੱਸਦੇ ਆ ਕਿ ਜੀ ਕੀ ਕਰਦੇ ਆ ਕੀ ਨਹੀਂ। ਬਾਕੀ ਤੁਸੀਂ ਮੈਨੂੰ ਇਹ ਦੱਸੋ, ਜੋ ਮੈਂ ਤੁਹਾਨੂੰ, ਮੈਨੂੰ ਬਹੁਤ ਵਧੀਆ ਗੱਲ ਤੁਹਾਡੀ ਲੱਗੀ ਕਿ ਤੁਸੀਂ ਇੱਥੇ ਦੇ ਬੱਚਿਆਂ ਨੂੰ ਨਾਲ ਆਪਣੇ ਜੋੜਿਆ, ਯੂ ਗੋਟ ਵੋਲੰਟੀਅਰਸ ਫਰੋਮ ਹੇਅਰ ਐਂਡ ਬੱਚੇ ਤੁਹਾਡੇ ਨਾਲ ਜੁੜ ਰਹੇ ਆ ਐਂਡ ਉਹ ਐਕਚੁਲੀ ਜਾ ਕੇ ਦੇਖ ਰਹੇ ਆ ਕਿ ਤੁਸੀਂ ਕੰਮ ਕਰ ਰਹੇ ਐਂਡ ਲੁੱਕਸ ਆਫ ਓਪੀਨੀਅਨ। ਆਈ ਥਿੰਕ ਬਹੁਤ ਵਧੀਆ ਕੋਨਸੈਪਟ ਹੈ। ਹਾਂਜੀ ਭਾਅ ਜੀ, ਮਤਲਬ ਆਪਣੀ ਉਮਰ ਦਾ ਬਹੁਤਾ ਫਰਕ ਨਹੀਂ ਲੱਗਦਾ, ਪਰ ਕਹਿੰਦਾ ਸ਼ੁਰੂ ਤੋਂ ਦੇਖ ਰਹੇ ਆ ਰਹੇ ਹੈਗੇ, ਕਹਿੰਦਾ ਯੂਥ ਨੂੰ ਇਨਵੋਲਵ ਕਰੋ, ਯੂਥ ਨੂੰ ਇਨਵੋਲਵ ਕਰੋ, ਯੂਥ ਨੂੰ ਇਨਵੋਲਵ ਕਰੋ। ਆਫਟਰ ਆਲ ਦਿਸ ਈਅਰਸ ਉਹੀ ਬੰਦੇ ਬੈਠੇ ਉੱਥੇ ਉੱਪਰ, ਕਹਿੰਦਾ ਇੰਸਟੀਚਿਊਟਸ ਹੈ ਗੁਰਦੁਆਰਾ ਜਿੱਥੇ ਵੀ, ਅਤੇ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਕਿ ਸਾਡੇ ਜੀ ਲੋਕਲ ਗੁਰਦੁਆਰੇ ਸਾਰੇ ਕਹਿੰਦੇ ਨਾ, ਆ ਬਹੁਤ ਹੁਣ ਇਹਨਾਂ ਨੇ ਇਸ਼ੂ ਚੱਕਿਆ ਜੀ ਯੂਥ ਨੂੰ ਅਸੀਂ ਇਨਵੋਲਵ ਕਰਨਾ, ਯੂਥ ਨੂੰ ਅੱਗੇ ਕਰਨਾ, ਯੂਥ ਨੂੰ ਅੱਗੇ ਜਾਣਾ। ਪਹਿਲੀ ਤਾਂ ਗੱਲ ਹੈ ਜਿਹੜੇ ਯੂਥ ਹੋਣੇ ਚਾਹੀਦੇ ਸੀ ਸਾਡੇ ਵਰਗੇ, ਸਾਡੇ ਤਾਂ ਗਾਂ ਨਿਆਣੇ ਵੀ ਹੋਵੇ, ਉਹਨਾਂ ਦੇ ਨਿਆਣੇ ਵੀ ਵਿਆਹਣ ਵਾਲੇ ਹੋਵੇ, ਉਹ ਯੂਥ ਹੀ ਨਹੀਂ ਆਇਆ ਹੁੰਦੇ ਇਹਨਾਂ ਦਾ, ਇਹ ਬੁੜੇ ਨਹੀਂ ਸਾਡੇ ਇਹੀ ਇੰਚਾਰਜ ਆ, ਯੂਥ ਨੂੰ ਉੱਥੇ ਕੀ ਛੱਡਣਾ, ਉਹ ਯੂਥ ਵੀ ਹੁਣ ਸਿਆਣੇ ਹੋਵੇ, 10-15 ਸਾਲਾਂ 'ਚ ਅਸੀਂ ਵੀ ਜਾਂਦੇ ਲੱਗਣਾ, ਇਹ ਯੂਥ ਨੂੰ ਮੌਕਾ ਹੀ ਨਹੀਂ ਮਿਲਿਆ। ਕਿਹੜੀ ਪਿਲ ਖਾਂਦੇ ਆਪਾਂ ਯੂਥ ਰਹਿੰਦੇ ਹਾਂਜੀ। ਸੋ ਬੇਸਿਕਲੀ ਅਸੀਂ ਇਹਦੇ ਵਿੱਚ ਇੱਦਾਂ ਕੋਸ਼ਿਸ਼ ਕਰੀ ਦੀ ਹੈਗੀ ਆ ਕਿ ਯੰਗਸਟਰਸ ਨੂੰ ਨਾਲ ਲਾਓ। ਕਹਿੰਦਾ ਹੁਣ ਲਾਸਟ ਕਾਊਂਟ ਦੇ ਉੱਪਰ ਸਾਡੇ ਕੋਲ ਨਾ 11,000-12,000 ਯੰਗਸਟਰ ਜੁੜਿਆ ਹੋਇਆ ਹੈਗਾ ਆ ਇਸ ਵੇਲੇ। ਹਾਂਜੀ ਹਾਂਜੀ, ਅਤੇ ਅਸੀਂ ਕਹਿੰਦਾ ਉਹਨਾਂ ਹਿਸਾਬ ਨਾਲ ਕਹਿੰਦਾ ਕਰ ਰਿਹਾ ਕਿ ਉਹਨਾਂ ਤੁਸੀਂ ਨਾਲ ਐਕਟੀਵਿਟੀ ਕਰਨੀ ਹੈਗੀ ਆ। ਕਹਿੰਦਾ ਹੁਣ ਪਿੱਛੇ ਸਕਾਈ ਡਾਈਵਿੰਗ ਕਰਕੇ ਵੀ ਹੋਲਡ ਗਿਨੀਸ ਵਰਲਡ ਰੈਕੋਰਡ। ਕਹਿੰਦਾ ਆਈ ਥਿੰਕ ਸਮਵਨ ਬ੍ਰੋਕ ਇਟ ਜਸਟ ਕਪਲ ਆਫ ਵੀਕਸ ਅਗੋ, ਉਦੋਂ ਪਹਿਲਾਂ 1.5 ਸਾਲ ਸਾਡੇ ਕੋਲ ਸਾਡਾ ਰਹੇਗਾ, ਹੁਣ ਨੈਕਸਟ ਈਅਰ ਫਿਰ ਕੋਸ਼ਿਸ਼ ਕਰਾਂਗੇ ਤੁਸੀਂ ਇਹਨਾਂ ਪੈਸੇ ਰੇਜ਼ ਕਰਦੇ ਚੈਰਿਟੀ ਲਈ ਸਕਾਈ ਪੈਸੇ ਕਰਦੇ। ਹਾਂਜੀ ਉਹ ਤੁਹਾਡੇ ਫੇਸਬੁੱਕ ਪੇਜ ਤੇ ਵੀ ਹੈਗਾ ਮੇਰੇ ਖਿਆਲ ਸਾਰੇ ਪਾਸੇ। ਹਾਂਜੀ ਆਈ ਮੀਨ ਪੈਸੇ ਕਹਿੰਦਾ ਯੂਥਸ ਦੇ ਵਿਲ ਗੋ ਸਨੋਡਨ ਜਾਂਦੇ ਹੈਗੇ, ਬੈਨ ਨੇਵਿਸ ਜਾਂਦੇ ਹੈਗੇ ਆ, ਮਾਊਂਟੇਨ ਵੀ ਤੁਸੀਂ ਕਲਾਈਮ ਕੀਤਾ? ਹਾਂਜੀ ਸਾਰਾ ਕੁਝ ਕਰਦੇ ਹੈਗੇ। ਅਸੀਂ ਨਹੀਂ ਕਰਦੇ, ਹੋਰ ਕੋਈ ਕਰਦੇ? ਨਹੀਂ ਤੁਸੀਂ ਤਾਂ ਪੁੱਛਿਆ ਮਤਲਬ ਯੂਥ ਲੀਡਰ ਬਣਾਉਣਾ ਲੈ ਚਾਹੇ ਲੋ 15 ਸਾਲਾਂ ਨੂੰ ਬਣਾਵਾਂਗੇ ਪੈਨਸ਼ਨ ਲੈ ਕੇ, ਤੁਸੀਂ ਨਿਆਣੇ ਆ। ਅਤੇ ਉਹਦੇ ਨਾਲ ਕੀ ਕਿਹਾ ਕਹਿੰਦਾ ਠੀਕ ਹੈ ਅਸੀਂ ਕਹਿੰਦਾ ਜਿੰਨਾ ਸਾਡੇ ਜ਼ੋਰ ਅਸੀਂ ਕਰਦੇ ਹੈਗੇ ਹਾਂ, ਅਤੇ ਅਸੀਂ ਚੀਜ਼ ਚਾਹੁੰਦੇ ਹੈਗੇ ਹਾਂ ਕਿ ਜਿਹੜਾ ਯੂਥ ਆ ਰਿਹਾ ਅੱਗੇ, ਕਹਿੰਦਾ ਹੌਲੀ ਹੌਲੀ ਕਹਿੰਦਾ ਉਹ ਡੋਰ ਸੰਭਾਲ, ਵਾਗ ਡੋਰ ਸੰਭਾਲਣ ਉਸ ਚੀਜ਼ ਦੀ। ਪੰਜਾਬ ਹੁਣ ਐਟ ਦ ਮੋਮੈਂਟ ਸਾਡੀ ਯੰਗ ਬੀਬੀ ਇੱਥੇ ਬ੍ਰਿਟਿਸ਼ ਏਅਰਪੋਰਟ ਅਥਾਰਟੀ ਕੰਮ ਕਰਦੀ ਹੈਗੀ ਆ, ਉਹ ਵੀਕ ਲੈ ਕੇ ਹੁਣ ਪੰਜਾਬ ਗਈ ਹੋਈ ਹੈਗੀ ਆ, ਸ਼ੀ ਇਜ਼ ਵੈਰੀ ਯੰਗ ਬਟ ਮਿਡ 20s ਪ੍ਰੋਬਬਲੀ। ਹਾਂਜੀ ਅਤੇ ਸੋ ਇਹਨਾਂ ਸਾਰੇ ਇਨਕਰੇਜ ਕਰ ਰਹੇ ਹੈਗੇ ਆ, ਸਾਡੀ ਇੱਕ ਯੰਗ ਬੀਬੀ ਸਰ ਸ਼ੀ ਲੁਕਸ ਆਫਟਰ ਪੰਜਾਬ ਲੋਟ, ਕਹਿੰਦਾ ਸ਼ੀ ਇਜ਼ ਅ ਸੋਲਿਸਟਰ ਐਂਡ ਸ਼ੀ ਇਜ਼ ਆਈ ਥਿੰਕ ਬਟ ਇਨ ਮਿਡ ਟੂ ਲੇਟ 20s ਕਹਿੰਦਾ। ਸੋ ਵੀ ਆਰ ਬ੍ਰਿੰਗਿੰਗ ਦੀਸ ਪੀਪਲ ਔਨ ਬੋਰਡ, ਕਹਿੰਦਾ ਸਾਡੇ ਜਿਹੜੇ ਕਹਿੰਦਾ ਨਾਲ ਕਹਿੰਦਾ ਉਹ ਡਿਸੀਜਨ ਮੇਕਿੰਗ ਬੋਡੀ ਦੇ ਉੱਥੇ ਵੀ ਸਾਡੇ ਯੰਗਸਟਰਸ ਕਹਿੰਦਾ ਹੈਗੇ ਆ, ਅਤੇ ਆਈ ਥਿੰਕ 3-4 ਆਫ ਦਮ ਯੰਗਸਟਰਸ ਕੰਪਲੀਟਲੀ। ਕਹਿੰਦਾ ਅਸੀਂ ਦੋ ਮੈਸਾਂ ਦਾ ਬੁੜਾ ਹੈਗਾ ਇਹਨਾਂ ਦਾ,
ਤੇ ਫਿਰ ਰਵਿੰਦਰ ਆਇਆ ਤੇ ਬਾਕੀ ਸਾਰੇ ਬੁੜਾ ਖੋਜੋ ਸਾਹਿਬ ਬੁੜਾ ਖੋ ਵੀ ਬੁੜਾ ਤੇ ਬਾਕੀ ਸਾਰੇ ਨਾ ਕਿਤੇ ਦਿਆਰਿੰਦ ਦੀ ਅਚਨ ਕੋਈ ਮਿਲਾ 30 ਤੋਂ ਉੱਪਰ ਟੱਪਿਆ ਨਹੀਂ ਹੋਇਆ ਹੈਗਾ ਕਿਤੇ The main thing is this, like you said before, carry organization's weakness hagiya. Yeah. Right? You got to recognize your weakness. Yeah. Our weakness, paperwork, and we're trying to get it better by Baji, yeah. professionals on board. Okay. Right? That's our weakness. So we put our hands up. Yeah. It's when you have weaknesses, and to see recognize it, you hide them. Yeah. Right? Hide them or start doing hera-feri. So as you can see, when you come to Haiti, there's a teacher, Javi Garcha, Ravi Garcha, he's a businessman, retailer, ਕੁੜੀ ਜੈਸ ਦੀ ਇੱਥੋਂ ਹੈਗੀ ਆ ਸਕੋਟਲੈਂਡ ਦੀ ਐਡਮਿਨਿਸਟ੍ਰੇਟਰ ਜੈਸ ਤੇ ਸੀ ਆ ਇੱਥੇ ਦੀ ਬਰਮਿੰਗਮ ਦੀ ਐਡਮਿਨਿਸਟ੍ਰੇਸ਼ਨ ਸੋ ਅਸੀਂ ਕਹਿੰਦੇ ਸਾਰੇ ਪੜ੍ਹੇ ਲਿਖੇ ਆ ਅਸੀਂ 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 ਉਹਨੂੰ ਅੱਖੀਂ ਦਿਖਾਲਦੇ ਹਾਂ ਹੁਣ ਜਿੱਦਾਂ ਪੰਜਾਬ ਦੀ ਗੱਲ ਆ ਗਈ ਆ ਜਿਹੜੇ ਕਹਿ ਲਓ ਵੀ ਸਾਡੇ ਖਿਲਾਫ਼ ਆ ਅਸੀਂ ਉਹ ਕਹਿੰਦੇ ਬਈ ਦੇਖੋ ਜੀ ਤੁਹਾਡਾ ਇਹ ਲੇਟ ਆ ਜਾਂ ਤੁਸੀਂ ਇਹ ਕਰਦੇ ਪੇਪਰ ਮੈਂ ਕਿਹਾ ਜੇ ਪੰਜਾਬ ਦਾ ਗੱਲ ਆ ਪੰਜਾਬ ਦੀ 30 pound, 35 pound, 40 pound ਮਹੀਨੇ ਤੁਸੀਂ ਪਰਿਵਾਰ ਨੂੰ ਸੈਟਅਪ ਕਰਦੇ ਹਾਂ ਕੋਈ ਗਰੀਬ ਨੂੰ ਉਹ ਤਾਂ ਤੁਹਾਨੂੰ ਅਸੀਂ ਫੋਨ ਨੰਬਰ ਦਿੰਦੇ ਤੁਹਾਡਾ ਐਡਰੈਸ ਦਿੰਦੇ ਹਾਂ ਤੁਸੀਂ ਲਿੰਕ ਕਰੋ ਤੁਸੀਂ ਆਪੇ ਦੇਵੋ ਤੁਸੀਂ ਆਪਣੇ ਰਿਸ਼ਤੇ ਨੂੰ ਭੇਜ ਦਿਓ ਹਰ 3 ਮਹੀਨੇ ਜਾ ਕੇ ਦੇਵੇ ਅਸੀਂ ਤਾਂ ਅਸੀਂ ਹੋਰ ਕਰਦੇ ਉੱਪਰ ਉਹਦਾ ਕਿੱਥੋਂ ਤੁਸੀਂ ਉਹਦਾ ਮੋਰ ਦੈਨ ਟ੍ਰਾਂਸਪੇਰੈਂਟ ਵੀ ਐਕਚੁਅਲੀ ਸੇਇੰਗ ਇਨਵੋਲਵ ਯੂ ਸੋ ਤੁਸੀਂ ਇਹਦੇ ਵਿੱਚ ਆ ਕਿ ਜੇ ਕੋਈ ਬੰਦਾ ਕਹੇ ਕਿ ਜੀ ਸਾਡਾ ਕੰਮ ਦੇਖਣਾ ਚਾਹੁੰਦਾ ਹੈ ਜੇ ਕੀ ਆ ਜਾਓ ਮੈਂ ਕਹਿੰਦਾ ਆ ਜਾਓ ਤੁਸੀਂ ਐਂਡ ਯੂ ਕੈਨ ਤੁਸੀਂ ਓਪਨ ਆ ਕੇ ਤੁਸੀਂ ਆ ਕੇ ਜੀ ਦੇਖੋ ਸਾਡੇ ਆ ਕੇ ਦੇਖੋ ਜੀ ਆਇਆਂ ਨੂੰ ਅਸੀਂ ਤਾਂ ਕਹਿੰਦੇ ਦੇਖੋ ਜੇ ਤੁਸੀਂ ਸਾਡੀ ਹੈਲਪ ਕਰ ਸਕਦੇ ਕਿਸੇ ਤਰ੍ਹਾਂ ਹਾਂ ਸਾਡੀ ਹੈਲਪ ਕਰੋ ਕਿਉਂਕਿ ਅਸ ਵੀ ਨੀਡ ਹੈਲਪ ਇਹਦੇ ਵਿੱਚ ਮੈਂ ਕਵਿੰਦ ਜਸਟ ਪਰ ਸਾਡੇ ਜਿਹੜਾ ਇੱਕ ਅਨਲੈਸ ਇਟਸ ਸਮਵਨ ਵੈਰੀ ਯੰਗ ਹੂ ਇਜ਼ ਨੋਟ ਵਰਕਿੰਗ ਏਜ ਦਾ ਨਹੀਂ ਹੈਗਾ ਜਾਣ ਲੈ ਕੇ ਤਾਂ ਸੈੱਟ ਨਹੀਂ ਹੋਇਆ ਅਸੀਂ ਬਾਕੀ ਸਾਰੇ ਆਪਣਾ ਪੈਸਾ ਰੇਜ਼ ਕਰਕੇ ਜਾਂਦੇ ਹੈਗੇ ਰਾਈਟ ਇਫ ਆਈ ਵੁੱਡ ਗੋ ਟੂ ਡੂ ਮਾਈ ਅਫਰੀਕਾ ਟ੍ਰਿਪ ਆਈ ਹੈਵ ਟੂ ਡੂ ਇਟ ਫਰੋਮ ਮਾਈ ਸੈਲਫ ਐਂਡਰੂ ਜਿਹੜਾ ਬੈਂਕ ਦੀ ਗੱਲ ਕਰਦਾ ਹੈ ਹੀ ਜਾਂਦਾ ਹੀ ਰੇਜ਼ਸ ਹਿਜ਼ ਓਨ ਫੰਡਸ ਟੂ ਗੋ ਦੇਅਰ ਸਪੋਜ਼ ਹੀ ਇਜ਼ ਰੇਜ਼ ਸੇ 1500 pounds ਔਰ ਵਾਟਐਵਰ ਉਹਦਾ 1000 pound ਟਿਕਟ ਦਾ ਲੱਗ ਗਿਆ ਪਰ 500 ਆਪਣੇ ਕੋਲ ਲੈ ਕੇ ਜਾ ਰਿਹਾ ਉੱਥੇ ਨਾ ਵੀ ਟੋਪ ਇਟ ਅਪ ਵਿਦ ਅਵਰ ਓਨ ਮਨੀ ਅਨਦਰ 2000-3000 pounds ਜਿੰਨਾ ਉੱਥੇ ਲੱਗਣਾ ਹੈਗਾ ਸੋ ਇੱਦਾਂ ਅਸੀਂ ਚੱਲ ਰਹੇ ਓਨ ਕਰੇ ਉਹ ਆਪ ਕਰਕੇ ਆਵੇ ਦੇਖ ਕੇ ਆਵੇ ਹਾਂਜੀ ਅਤੇ ਦੈਟਸ ਵਾਟ ਵੀ ਇਨਵਾਈਟ ਪੀਪਲ ਟੂ ਡੂ ਹੁਣ ਤੁਸੀਂ ਪੰਜਾਬ ਜਾਂਦੇ ਭਾਅ ਜੀ ਹਾਂਜੀ ਸਾਨੂੰ ਸਿਰਫ ਇੱਕ ਦਿਨ ਦਿਓ ਉੱਥੇ ਤੁਸੀਂ ਦੱਸੋ ਕਿਹੜੀ ਜਗ੍ਹਾ ਤੁਹਾਨੂੰ ਚੱਕਣਾ ਕਿ ਤੁਹਾਨੂੰ ਲੈ ਕੇ ਸਾਨੂੰ ਵਿਲ ਸ਼ੋਅ ਯੂ ਅਰਾਊਂਡ ਤੁਸੀਂ ਆਪ ਹੱਥ ਰੱਖ ਕੇ ਕਹੋ ਮੈਂ ਐਸ ਫੈਮਲੀ ਨੂੰ ਸਪੋਰਟ ਕਰਨਾ ਰਾਈਟ ਐਂਡ ਯੂ ਡੂ ਇਟ ਤੁਹਾਨੂੰ ਲਿੰਕ ਹੋਏਗਾ ਤਾਂ ਤੁਸੀਂ ਆਪ ਜਾ ਕੇ ਕਰੋ ਜਾਂ ਆਪ ਇੱਥੋਂ ਭੇਜੋ ਪੈਸੇ ਦੈਟ ਇਫ ਯੂ ਵਾਂਟ ਅਸ ਟੂ ਡੂ ਵੀ ਵੈਲਕਮ ਦੈਟ ਐਜ਼ ਵੈਲ ਪਰ ਅਸੀਂ ਚਾਹੁੰਦੇ ਹੈਗੇ ਕਿ ਹਰ ਬੰਦਾ ਆਪਣੇ ਪਿੰਡ 'ਚ ਕਿਤੇ ਜਾਂ ਦੇਖੇ ਕਿਹੜੀ ਜ਼ਰੂਰਤ ਹੈਗੀ ਜਿੱਦਾਂ ਪਹਿਲਾਂ ਅਸੀਂ ਗੱਲ ਕੀਤੀ ਸੀ ਨਾ ਸ਼ੋਅ ਤੋਂ ਪਹਿਲਾਂ 84 ਮਗਰੋਂ ਟਰੱਸਟ ਤੋੜਿਆ ਗਿਆ ਜਾਂ ਜਾਣ ਬੁੱਝ ਕੇ ਤੋੜਿਆ ਗਿਆ ਜਾਂ ਉਹਨੇ ਕੋਈ ਕਿਸੇ ਨੇ ਹੇਰਾਫੇਰੀ ਕੀਤੀ ਆ ਜਾਂ ਡਿਲੀਵਰੀ ਕੀਤੀ ਆ ਮੈਂ ਖੁਦ ਦੇਖਿਆ ਆਪਣੀ ਅੱਖੀ ਇੱਕ ਸੰਸਥਾ ਨੇ ਇੱਥੋਂ ਰੌਲਾ ਪਾ ਕੇ ਰੇਡੀਓ ਰੂਡੀਓ 'ਤੇ ਵਗੈਰਾ ਤਕਰੀਬਨ ਮੇਰਾ ਖਿਆਲ 2-3 lakh pound ਇਕੱਠਾ ਕੀਤਾ ਜਦੋਂ ਗਏ ਸੀ ਉਹ ਕੁਦਰਤੀ ਮੇਰੇ ਫਲਾਈਟ 'ਤੇ ਸੀਗੇ ਅਤੇ ਅਸੀਂ ਜਦੋਂ ਗਏ ਹਾਂ ਅਤੇ ਉੱਥੇ ਮੈਂ ਪਤਾ ਕੀਤਾ ਉਹ ਕਹਿੰਦੇ ਸਿਰਫ 50,000 rupees ਉਹਨਾਂ ਨੂੰ ਫੜਾਇਆ ਬਾਕੀ ਜੀ ਸਾਡੇ ਐਡਮਿਨ ਕੋਸਟ ਆ ਪੁੱਛੇ ਆ ਕੋਸਟ ਹੈ ਕੋਸਟ ਹੈ 4.5 lakh pound ਐਡਮਿਨ ਕੋਸਟ ਤੇ ਲੱਗੇ ਕਿ ਇਹ ਤੁਹਾਡਾ ਐਡਮਿਨਿਸਟ੍ਰੇਟਰ ਕੌਣ ਓਨੀ ਬਲੇਅਰ ਬਿਲਕੁਲ ਤੁਸੀਂ ਹੈ ਕਿ ਉਹਦੇ ਵਿੱਚ ਕਿ ਜਿਹਦੇ ਵਿੱਚ ਤੁਹਾਡੇ ਕੋਲ ਇੰਨਾ ਚਾਹ ਬਿਲਕੁਲ ਬਿਲਕੁਲ ਹੀਰਾ ਫੇਰੀ ਸਾਡੇ ਸਾਹਮਣੇ ਦੇਖ ਰਹੇ ਬਹੁਤ ਸਾਹਮਣੇ ਹੋਈ ਸਾਡੇ ਸਾਹਮਣੇ ਜੋ ਸਾਨੂੰ ਲੋਕ ਕਹਿੰਦੇ ਨਾ ਮੇਰਾ ਮਨ ਟੁੱਟ ਗਿਆ ਮੇਰਾ ਮਨ ਟੁੱਟ ਗਿਆ ਕਿ ਮੈਂ ਕਿਸੇ ਨੂੰ ਇਹਦੇ ਵਿੱਚ ਕਿਸੇ ਨੂੰ ਕੈਰਟੀ ਨਹੀਂ ਫਿਰ ਤੁਸੀਂ ਮੁੜ ਕੇ ਲੱਗੇ ਹੀ ਜਾਂਦੇ ਤੁਸੀਂ ਕਹਿੰਦੇ ਅਸੀਂ ਗੋਰੇ ਨੂੰ ਦੇ ਦਿੰਦੇ ਆਪਣੇ ਨੂੰ ਦੇਣੇ ਰਾਈਟ ਡਰਦੇ ਲੋਕ ਫਿਰ ਡਾਕਟਰ ਬਰਨਾਰਡੋ ਨੂੰ ਦੇ ਦੇਣਾ ਜਾਂ ਫਲਾਈ ਬਿਲਕੁਲ ਜਿੱਦਾਂ ਹੁਣ ਮੈਂ ਗੱਲ ਕਰਦਾ ਜਦੋਂ ਕਹਿੰਦੇ ਭਾਈ ਸਾਨੂੰ ਕਈ ਕਹਿੰਦੇ ਤੁਹਾਡੇ ਅਕਾਊਂਟ 3 ਮਹੀਨੇ ਲੇਟ ਸੀਗੇ ਤੁਹਾਨੂੰ ਰਸੀਦ ਨਹੀਂ ਮਿਲੀ ਆ ਨਹੀਂ ਰਸੀਦਾਂ ਜਿੰਨੀਆਂ ਮਰਜ਼ੀ ਬਣਾ ਲਓ ਜਾ ਕੇ ਤੁਸੀਂ ਤੁਸੀਂ ਜਿੰਨੇ ਮਰਜ਼ੀ ਰਸੀਦਾਂ ਬਣਾ ਲਓ ਤੁਹਾਨੂੰ ਕਹਿੰਦੇ 200 pound ਦਾ ਕਹਿ ਲਓ ਚੀਜ਼ ਆ
ਤਾਂ 2000 ਸੀ ਲੈ ਲਓ, ਤੁਹਾਨੂੰ ਕਿਹਨੂੰ ਪਤਾ ਉੱਥੇ ਕੀ ਚੀਜ਼ ਵੇਚਦੇ ਆ ਬੰਦੇ? ਜੇ ਤੁਸੀਂ ਇਮਾਨਦਾਰ ਨਾ ਹੋਣਾ, ਨਾ ਕਨੈਕਸ਼ਨ ਹੋਵੇ, ਨਾ ਕੋਈ ਦੇਖੇ ਜਾ ਕੇ ਬਾਹਰਲਾ ਇੰਡੀਪੈਂਡੈਂਟ, ਜਿੰਨੀਆਂ ਮਰਜ਼ੀ ਰਸੀਦਾਂ ਕਢਾਓ, ਤੁਹਾਨੂੰ ਪਤਾ ਇੰਡੀਆ 'ਚ ਕਿੰਨੀਆਂ ਰਸੀਦਾਂ ਚਾਹੀਦੀਆਂ ਤੁਹਾਨੂੰ? ਜਿੰਨੀਆਂ ਮਰਜ਼ੀ ਬੋਰੀਆਂ ਖਰੀਦ ਲਓ ਆਟੇ ਦੀਆਂ, ਕਿੰਨੀ ਰਸੀਦ ਸੀਮਿੰਟ ਦੀਆਂ, ਕਿੰਨੀ ਇਹਦੇ ਵਿੱਚ ਰਸੀਦਾਂ ਦੀ ਗੱਲ ਨਹੀਂ ਹੁੰਦੀ, ਇਹ 'ਚ ਹੁੰਦੀ ਆ ਵਿਸ਼ਵਾਸ ਭਾਈ ਤੁਸੀਂ ਵਿਸ਼ਵਾਸ ਕਿੱਦਾਂ ਸੰਗ ਨਾਲ ਜੋੜਨਾ 84 ਮਗਰੋਂ। ਤਾਂ ਹੀ ਜਿਹੜੀ ਖਾਲਸਾ ਏਡ ਆ ਬਿਲਕੁਲ 100% ਇੰਡੀਪੈਂਡੈਂਟ ਆ। ਅਸੀਂ ਤੁਹਾਨੂੰ ਪਤਾ ਫੇਸਬੁੱਕ 'ਤੇ ਸਾਨੂੰ ਸੁਣਨੀਆਂ ਪੈਂਦੀਆਂ, ਸਾਨੂੰ ਸਾਡੇ ਉੱਪਰ ਕਾਫੀ ਇੱਦਾਂ ਪਿਆਲੇ ਦੁਆਲੇ ਫਿਰਦੇ ਆ। ਜਦੋਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ 2 ਘੰਟੇ ਰਹੇ, ਕਿਉਂਕਿ ਤੁਸੀਂ ਸੱਚ ਬੋਲਦੇ ਮੈਂ ਨੰਬਰ ਦੇ ਦਵਾਂ, ਫੋਨ ਨੰਬਰ ਇੱਕ ਆਪਣਾ ਆਫਿਸ ਦਾ, ਸਾਡੇ ਫੇਸਬੁੱਕ ਤੇ ਲੋਕ ਤੁਹਾਨੂੰ ਕੰਟੈਕਟ ਕਰ ਸਕਦੇ, ਖਾਲਸਾ ਹੈ ਤੁਹਾਡੀ ਵੈਬਸਾਈਟ ਵੀ ਆ ਚੁੱਕੀ ਹੈ, ਉੱਥੇ ਦੇਖ ਸਕਦੇ ਆ ਖਾਲਸਾ ਹੈਡ। ਹਾਂ ਖਾਲਸਾ ਹੈਡ ਵੈਬਸਾਈਟ, ਵੈਬਸਾਈਟ ਠੀਕ ਆ, ਐਂਡ ਗੂਗਲ ਕੇ ਜਾਓ। ਹਾਂ ਹਾਂ ਖਾਲਸਾ ਹੈਡ ਕਰ ਲਓ, ਇੱਥੇ ਗ੍ਰਾਮ ਪਿੰਡ ਹੈ ਕਿ ਸਾਡੇ ਕੋਲ ਵਾਈਫਾਈ ਨਹੀਂ ਹੈ, ਤੇ ਫੋਨ ਨਾਲ ਵਾਈਫਾਈ ਲੱਗਾ। ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਕਾਫੀ ਆ ਕੇ ਸੱਚ ਬੋਲਦੇ ਆ ਇੱਥੇ ਆ ਕੇ, ਕ੍ਰਿਟੀਸਾਈਜ਼ ਕਰਦੇ ਬਾਕੀ ਨੂੰ, ਇਹਨਾਂ ਨੂੰ ਤੁਹਾਡਾ ਬਾਕੀ ਵੀ ਲੱਗਣ ਲੱਗ ਪਏ ਹੋਣੇ ਜਿਹਨਾਂ ਦੇ ਪੋਲ ਤੁਸੀਂ ਖੋਲਦੇ ਆ ਕਿ ਹਾਂਜੀ ਕਿ ਆਹ ਗੱਲ ਹੋ ਗਿਆ। ਇਸ ਡੂ ਯੂ ਫਾਈਂਡ ਦੈਟ ਯੂ ਗੈਟ ਅ ਲੋਟ ਆਫ ਆਪੋਜੀਸ਼ਨ ਫਰੋਮ ਆਵਰ ਸੀ ਓਰਗਨਾਈਜ਼ੇਸ਼ਨ? ਯੈਸ, ਵੀ ਗੈਟ ਅ ਲੋਟ ਆਫ ਆਪੋਜੀਸ਼ਨ, ਸੇਮ ਓਰਗਨਾਈਜ਼ੇਸ਼ਨ ਦੈਟ ਸੇਇੰਗ you don't do anything in Punjab, now we work in Punjab, saying why are you working in Punjab, why don't you work in Africa, because they're happy for us to, before they were condemning us, now they want us to back, and also because we want link with anyone, we will work with most people, most people, but we want link with them officially, because the trust jehda assi banaya na oh it dhakke kha ke, you know, like paseena khoon paseena 10 saal 15 saal, you know, to run around different countries, dhakke khade, ਤੁਹਾਨੂੰ ਇਹ ਕਹਿੰਦੇ ਇਹ ਸੁਣਨੀਆਂ ਪੈਂਦੀਆਂ, ਉਹ ਅਸੀਂ ਹੁਣ ਇੰਡੀਪੈਂਡੈਂਟ ਕਰਕੇ ਸੰਗਤ ਨਾਲ ਜੁੜੀ ਹੋ ਆ, ਸਪੈਸ਼ਲੀ ਨੌਜਵਾਨ ਜਿਹੜੇ ਆ, ਐਂਡ ਜਿਹੜੇ ਇਸਟੈਬਲਿਸ਼ ਕਈ ਹੈਗੇ ਔਰਗਨਾਈਜੇਸ਼ਨ, ਜਿੱਦਾਂ ਸਾਡੇ ਸਿੱਖਾਂ ਦੇ TV ਸਟੇਸ਼ਨ ਦੇ ਰਹੋਂ ਲੱਗਦਾ। ਭਾਜੀ ਮੈਂ ਤੁਹਾਨੂੰ ਪਹਿਲਾਂ ਤਾਂ ਥੈਂਕ ਯੂ ਕਹਿਣਾ ਚਾਹੁੰਦਾ ਕਿ ਤੁਸੀਂ ਆਏ, ਦੂਜੀ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਯੰਗਸਟਰਾਂ ਨੂੰ ਤੁਹਾਡੇ ਬਿਹਾਫ ਤੇ, ਇਫ ਯੂ ਆਰ ਯੰਗ ਪ੍ਰੋਫੈਸ਼ਨਲ, ਇਫ ਯੂ ਜਸਟ ਅ ਯੰਗ ਸੀ, ਓ ਯੂ ਵਾਂਟ ਟੂ ਹੈਲਪ ਐਨੀਵੇਅਰ ਇਨ ਦ ਵਰਲਡ, ਇਟਸ ਨੋਟ ਜਸਟ ਅਬਾਊਟ ਰਿਲੀਜੀਅਨ, ਇਹ ਸਿਰਫ ਧਾਰਮਿਕ ਗੱਲ ਨਹੀਂ, ਧਾਰਮਿਕ ਗੱਲ ਨਹੀਂ ਕਿ ਇਹ ਇੱਕ ਧਰਮ ਦੇ ਆ, ਸਾਰੇ ਇਨਸਾਨੀਅਤ ਦੀ ਗੱਲ ਹੈ ਕਿ ਤੁਸੀਂ ਜੋ ਹੈਲਪ ਕਰਦੇ ਆ, ਮੇਰਾ ਖਿਆਲ ਸਾਰਿਆਂ ਨੂੰ ਤੁਸੀਂ ਹੈਲਪ ਕੀਤਾ, ਅਸੀਂ ਦੇਖਿਆ ਤੁਸੀਂ ਅਫਰੀਕਨ ਚਿਲਡਰਨ ਨੂੰ ਹੈਲਪ ਕੀਤੀ ਆ, ਉੱਥੇ ਅਮੈਰੀਕਨ ਚਿਲਡਰਨ ਨੂੰ ਹੈਲਪ ਕੀਤੀ ਆ। ਸੋ ਇਹਦੇ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਐਨੀ ਯੰਗਸਟਰਸ ਵਾਂਟ ਟੂ ਗੈਟ ਇਨ ਕੰਟੈਕਟ ਵਿਦ ਯੂ ਐਂਡ ਹੈਲਪ ਯੂ, ਸਪੈਸ਼ਲੀ ਗ੍ਰੈਜੂਏਟਸ ਐਂਡ ਗ੍ਰੈਜੂਏਟਸ, ਦੇ ਨੀਡ ਗ੍ਰੈਜੂਏਟਸ, ਬਿਕਾਜ਼ ਵੈਨ ਯੂ ਗੋ ਫॉर ਜੌਬ ਇੰਟਰਵਿਊ ਦੇ ਵਾਂਟ ਸਮਥਿੰਗ ਡਿਫਰੈਂਟ। ਸੋ ਕੰਟੈਕਟ ਕਾਲ ਸੇਜ ਔਨ ਦੇ ਫੇਸਬੁੱਕ ਪੇਜ, ਜੁਆਇਨ ਦੇ ਫੇਸਬੁੱਕ ਪੇਜ, ਗੋ ਐਂਡ ਚੈੱਕ ਹਿਮ ਆਊਟ ਔਨ ਦੀ ਇੰਟਰਨੈਟ। ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਨਾ, ਬਾਕੀ ਮੀਡੀਆ ਨੂੰ, ਚੈਨਲਾਂ ਨੂੰ ਜਿਨ੍ਹਾਂ ਨੇ ਖੋਲ੍ਹੇ ਪਏ, ਇਹਨਾਂ ਦੀ ਸਪੋਰਟ ਕਰੋ, ਇਹਨਾਂ ਨੂੰ ਟਾਈਮ ਦਿਓ। ਅਸੀਂ ਜੀ ਦੇਖ, ਤੁਸੀਂ ਦੇਖਿਆ ਕਿ ਅਸੀਂ ਮੈਜੋਰਿਟੀ ਹਿੰਦੂ ਸਟੇਸ਼ਨ ਆ, ਬਟ ਫਿਰ ਵੀ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਸਿੱਖਾਂ ਨੂੰ। ਜਿਹੜੇ ਸਿੱਖ ਚੈਨਲ ਆ, ਜਿਹੜੇ ਧਾਰਮਿਕ ਖੋਲ੍ਹੇ ਪਏ ਆ, ਉਹ ਤੁਸੀਂ ਇਹਨਾਂ ਨੂੰ ਤਾਂ ਟਾਈਮ ਦਿਓ ਆਪਣੇ ਚੈਨਲ ਨੂੰ। ਪੈਸੇ, ਹਰੇਕ ਚੀਜ਼ ਪੈਸੇ ਨਹੀਂ ਭਾਲਦੀ। ਇਹਨਾਂ ਨੂੰ ਪੁੱਛ ਲਓ ਕਿ ਅੱਜ ਇਹਨਾਂ ਤੋਂ ਕੋਈ ਪੈਸਾ ਲਿਆ, ਮੈਂ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਲੈਂਦਾ, ਨਹੀਂ ਲਿਆ, ਨਹੀਂ ਸਰ, ਕਮ ਔਨ ਦ ਸ਼ੋਅ। ਸੋ ਇਹਨਾਂ ਤੋਂ ਬਾਕੀ ਚੈਨਲ ਬਣਾ ਲੈਣ, ਜਾਂ ਇਹਨਾਂ ਨਾਲ ਕੋਈ ਸੌਦੇਬਾਜ਼ੀ ਨਾ ਕਰਨ ਕਿ ਸਾਨੂੰ ਇੰਨਾ ਹਿੱਸਾ ਚਾਹੀਦਾ ਤੁਹਾਡੀ ਡੋਨੇਸ਼ਨਾਂ ਤੋਂ, ਇੰਨਾ ਹਿੱਸਾ ਚਾਹੀਦਾ, ਹਰੇਕ ਚੀਜ਼ ਪੈਸੇ ਨਹੀਂ ਤੋੜੀ ਦੀ। ਸੋ ਅਸੀਂ ਹਮੇਸ਼ਾ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ, ਨਹੀਂ ਥੈਂਕ ਯੂ। ਬਾਕੀ ਮੈਂ ਚੈਨਲਾਂ ਨੂੰ ਕਹਿੰਦਾ ਕਿ ਤੁਸੀਂ ਸੁਧਰ ਜਾਓ, ਇਹਨਾਂ ਨੂੰ ਟਾਈਮ ਦਿਓ, ਇਹ ਤੁਹਾਡੇ, ਤੁਸੀਂ ਸਿੱਖ ਦੇ ਨਹੀਂ ਕੰਮ ਕਰ ਸਕਦੇ, ਤਾਂ ਫਿਰ ਬਾਅਦ 'ਚ ਤੁਸੀਂ ਲੈਕਚਰ ਸੁਣਾਉਣੇ ਸਾਨੂੰ ਬਹਿ ਕੇ ਕਿ ਜੀ ਅਸੀਂ ਆਹ ਕਰੋ ਆਹ ਕਰੋ। But it's a shame, it's a shame that the Sikh media is not giving these people time on their channels, and we've had to, but like I said, my doors are open for everyone. Thank you very much, and I encourage you, bahut vadhiya kam karde ho tusi fir vi aao 2 mahine baad, tusi apne dasso projects, koi bhi tusi apne videos launa chahunde ho la sakde ho. Thank you. Mere walon, that's it for today. Main tuhanu kal Birmingham vich milunga, aur Friday phir itthe magjmari karunge. Haan ji, ek message main tuhanu chhad ke jana, lokan da bahut phone aaya weekend te tang karta, 7 saal wale bachiyan da kanoon haan ji aa gaya, te tusi la sakde ho case jail launa, jinna de bachiyan nu 7 saal ho gaye itthe rehndeyan nu. ਬੱਚੇ ਇਹ ਵਿਲ ਮੇਕ ਯੂ ਯੂ ਆਰ ਕੱਚੇ ਨਾ ਯੂ ਬਿਕਮ ਪੱਕੇ, ਬਹੁਤ ਫਾਰਮੂਲਾ ਦੱਸੂਗਾ ਫਰਾਈਡੇ ਨੂੰ 7 ਵਜੇ ਕਰਾਂਗੇ। ਫਿਲਹਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।